ਮਾਹੀ ਗ੍ਰੰਥ ਜੀ ਕੀ ਫਤਿਹ ਸੰਗਤ ਜੀ ਆਪਾਂ ਗ੍ਰੰਥ ਪੜ ਰਹੇ ਸੀ ਸੰਤ ਬਾਬਾ ਰਨਾਉ ਸਿੰਘ ਜੀ ਦੀ ਜੀਵਨੀ ਜੋ ਕਿ ਸੰਤ ਬਾਬਾ ਸਿਵਾ ਸਿੰਘ ਜੀ ਨੇ ਲਿਖੀ ਹੋਈ ਹੈ ਕੱਲ ਆਪਾਂ ਪੜਿਆ ਸੀ ਕਿ ਸਰਦਾਰ ਮੇਜਰ ਸਿੰਘ ਮੇਜਰ ਪਿਆਰਾ ਸਿੰਘ ਤੇ ਤਾਰਾ ਸਿੰਘ ਜੀ ਬਾਬਾ ਜੀ ਨੂੰ ਮਿਲਣ ਜਾ ਰਹੇ ਨੇ ਫੇ ਰਸਤੇ ਵਿੱਚ ਆਉਂਦੇ ਆ ਮੇਜਰ ਪਿਆਰਾ ਸਿੰਘ ਨੇ ਆਪਣੇ ਮਨ ਵਿੱਚ ਬਾਬਾ ਜੀ ਦਾ ਪ੍ਰਤਾਵਾ ਲੈਣ ਲਈ ਧਾਰਿਆ ਕਿ ਜੇ ਸੰਤ ਰਨਾਉ ਸਿੰਘ ਜੀ ਪੁੱਗੇ ਹੋਏ ਸੰਤ ਹਨ ਤਾਂ ਉਹ ਮੈਨੂੰ ਮੇਰਾ ਨਾਮ ਲੈ ਕੇ ਬੁਲਾਉਣ ਦੂਸਰਾ ਸਾਡੇ ਕਹਿਣ ਤੋਂ ਬਗੈਰ ਹੀ ਦੁਨਿਆਵੀ ਗੱਲਾਂ ਦੀ ਥਾਵੇਂ ਗੁਰਬਾਣੀ ਵਿਚਾਰ ਸਰਵਣ ਕਰਾਉਂ ਪਰ ਮੇਜਰ ਸੈਵ ਨੇ ਇਹ ਗੁਪਤ ਗੱਲ ਤਾਰਾ ਸਿੰਘ ਨੂੰ ਵੀ ਨਹੀਂ ਦੱਸੀ ਸੀ ਜਦੋਂ ਉੱਥੇ ਪਹੁੰਚੇ ਤਾਂ ਬਾਬਾ ਜੀ ਨੇ ਇਸੇ ਤਰ੍ਹਾਂ ਹੀ ਕੀਤਾ ਪਹਿਲਾਂ ਉਹਨਾਂ ਨੂੰ ਮੇਜਰ ਸਿੰਘ ਨੂੰ ਨਾਂ ਲੈ ਕੇ ਬੁਲਾਇਆ ਤੇ ਫਿਰ ਗੁਰਬਾਣੀ ਵਿਚਾਰ ਸਰਾਉਣੀ ਸ਼ੁਰੂ ਕਰ ਦਿੱਤੀ ਤੇ ਇਸ ਤੋਂ ਬਾਅਦ ਬਾਬਾ ਜੀ ਕਹਿਣ ਲੱਗੇ ਕਿ ਕਿਸ ਕਿਸੇ ਦਾ ਪ੍ਰਤਾਵਾ ਲੈਣ ਲਈ ਬਿਰਤੀ ਬਣਾ ਕੇ ਸੰਗਤ ਵਿੱਚ ਆਉਣਾ ਆਪਣੇ ਲਈ ਤੇ ਜਿਸ ਦਾ ਤੁਸੀਂ ਪ੍ਰਤਾਵਾ ਲੈਣ ਦਾ ਮਨ ਬਣਾਇਆ ਹੋਵੇ ਦੋਮਾ ਲਈ ਬਹੁਤ ਘਾਤਕ ਹੈ ਜੇ ਤੁਹਾਡੇ ਮਨ ਵਿੱਚ ਧਾਰਨ ਕੀਤਾ ਪ੍ਰਤਾਵਾ ਪੂਰਾ ਨਾ ਹੋਇਆ ਤਾਂ ਤੁਹਾਡੀ ਸ਼ਰਧਾ ਨੂੰ ਠੇਸ ਲੱਗੇਗੀ ਤੇ ਉਸ ਧਾਰਮਿਕ ਵਿਅਕਤੀ ਬਾਰੇ ਤੁਹਾਡੇ ਮਨ ਵਿੱਚ ਨਫ਼ਰਤ ਪੈਦਾ ਹੋਵੇਗੀ ਜਿੱਥੇ ਨਫ਼ਰਤ ਪੈਦਾ ਹੋਗੀ ਉੱਥੇ ਦੂਈ ਦਵੈਤਾ ਆ ਜਾਂਦੀ ਹੈ ਦੂਈ ਦਵੈਤਾ ਇਹ ਦੂਈ ਦਵੈਤਾ ਹਰ ਜਦ ਕੱਢਣੀ ਪੈਂਦੀ ਹੈ ਪਰਤਾਵਾ ਲੈਂਦਿਆਂ ਲੈਂਦਿਆਂ ਮਨੁੱਖ ਦਵੇਤ ਦਾ ਸ਼ਿਕਾਰ ਬਣ ਕੇ ਸਿਰ ਤੇ ਭਾਰ ਚੁੱਕ ਲੈਂਦਾ ਤੇ ਗੁਰੂ ਤੋਂ ਦੂਰੀ ਪਾ ਲੈਂਦਾ ਹੈ ਸੰਗਜਣਾ ਜਪ ਅੱਗੇ ਚੱਲ ਰਹੇ ਆ ਕਿ ਮੇਜਰ ਪਿਆਰਾ ਸਿੰਘ ਜੀ ਨੇ ਆਪਣਾ ਇੱਕ ਸ਼ੰਕਾ ਦੂਰ ਕਰਨ ਲਈ ਸਵਾਲ ਕੀਤਾ ਕਹਿੰਦਾ ਬਾਬਾ ਜੀ ਜਿਵੇਂ ਤੁਸੀਂ ਹੁਣੇ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬਚਨ ਸਰਵਣ ਕਰਵਾਇਆ ਹੈ ਕਿ ਜੇ ਮਨੁੱਖ ਇੱਕ ਵੀ ਗੁਰੂ ਦੀ ਸਿੱਖਿਆ ਸੁਣ ਕੇ ਉਸ ਦਾ ਧਾਰਨੀ ਬਣ ਜਾਏ ਤਾਂ ਉਸ ਦੇ ਹਿਰਦੇ ਵਿੱਚ ਸਤ ਸੰਤੋਖ ਦਇਆ ਧਰਮ ਧੀਰਜ ਸ੍ਰੇਸ਼ਟ ਗੁਣ ਪ੍ਰਵੇਸ਼ ਕਰ ਜਾਂਦੇ ਹਨ ਜੇ ਇੱਕ ਸਿੱਖਿਆ ਨਾਲ ਹੀ ਅਜਿਹੇ ਦਾਤਾ ਪ੍ਰਾਪਤ ਹੋ ਜਾਂਦੀਆਂ ਹਨ ਤਦ ਫਿਰ ਬਹੁਤੀ ਬਾਣੀ ਪੜਨ ਤੇ ਨਿਤਨੇਮ ਕਰਨ ਦੀ ਕੀ ਲੋੜ ਹੈ ਬਾਬਾ ਜੀ ਮੇਜਰ ਸਿੰਘ ਦਾ ਸਵਾਲ ਸੁਣ ਕੇ ਬਾਬਾ ਜੀ ਮੇਜਰ ਪਿਆਰਾ ਸਿੰਘ ਜੀ ਦਾ ਸਵਾਲ ਸੁਣ ਕੇ ਮੁਸਕਰਾਏ ਤੇ ਕਹਿਣ ਲੱਗੇ ਮੇਜਰ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਚਨ ਤ੍ਰੈ ਕਾਲ ਸਤ ਹੈ ਜੇ ਅਸੀਂ ਗੁਰੂ ਦੀ ਸਿੱਖਿਆ ਸੁਣ ਲਈਏ ਤਾਂ ਅਵਸ਼ਿ ਇਹਨਾਂ ਗੁਣਾਂ ਦੀਆਂ ਦਾਤਾਂ ਪ੍ਰਾਪਤ ਹੋ ਜਾਂਦੀਆਂ ਹਨ ਪਰ ਆਪਾਂ ਸੁਣਦੇ ਹੀ ਨਹੀਂ ਹਾਂ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਸਰੀਰ ਕਰਕੇ ਗੁਰੂ ਸਿੱਖਿਆ ਸੁਣਨ ਵਾਸਤੇ ਬੈਠੇ ਹੁੰਦੇ ਹਾਂ ਜਿਸ ਨੇ ਗੁਰੂ ਉਪਦੇਸ਼ ਸੁਣਨਾ ਹੁੰਦਾ ਉਹ ਗੁਰੂ ਸਿੱਖਿਆ ਸੁਣਨਾ ਸਮੇਂ ਹਾਜ਼ਰੀ ਨਹੀਂ ਹੁੰਦਾ ਕਿਉਂਕਿ ਸਿੱਖਿਆ ਤੰਨ ਨੇ ਨਹੀਂ ਸੁਣਨੀ ਗੁਰੂ ਸਿੱਖਿਆ ਮਨ ਨੇ ਸੁਣਨੀ ਹੈ ਮੰਤਾ ਪਰਿਵਾਰ ਵਿੱਚ ਕਾਰੋਬਾਰ ਬਿਹਾਰ ਵਿੱਚ ਜਾਂ ਦੇਸਾਂ ਬਜ ਦੇ ਸੰਨੀ ਸਹਿਰ ਕਰਨ ਵਿੱਚ ਮਗਨ ਹੁੰਦਾ। ਕਈ ਵਾਰੀ ਆਪਾਂ ਨਿਤਨੇਮ ਕਰਦੇ ਖੁਦ ਵੇਖਿਆ ਹੋਵੇਗਾ ਕਿ ਸਵੇਰੇ ਜਪਜੀ ਸਾਹਿਬ ਜਾਂ ਸ਼ਾਮ ਨੂੰ ਸਿੰਘ ਸੋਧਾ ਰਹਿਰਾ ਸਾਡਾ ਪਾਠ ਕਰਦੇ ਹੁੰਦੇ ਆ ਤਾਂ ਸਾਨੂੰ ਕਈ ਵਾਰ ਖੁਦ ਆਪ ਨੂੰ ਭੁਲੇਖਾ ਲੱਗਦਾ ਕਿ ਇਹ ਪੌੜੀਆਂ ਜਾਂ ਸ਼ਲੋਕ ਮੈਂ ਪੜੇ ਵੀ ਹਨ ਕਿ ਉਂਝੇ ਅਸੀਂ ਮੂੰਹ ਨਾਲ ਰਵਾ ਰਮੀ ਬਾਣੀ ਚਾਰਨ ਕਰ ਲਈ। ਮੰਨ ਦਾ ਭੁਲੇਖਾ ਸੱਚਾ ਹੈ ਝੂਠਾ ਨਹੀਂ। ਸੋ ਜੋ ਮੰਨਣੇ ਸੁਣਿਆ ਹੀ ਨਹੀਂ ਉਹ ਜਿਹੜਾ ਸੁਣਿਆ ਜਿਹਨਾਂ ਉਹ ਜਿਹੜਾ ਸੁਣਿਆ ਜਿਹੜਾ ਨਾ ਸੁਣਿਆ ਇੱਕ ਚੰਗਾ ਕਰਮ ਜ਼ਰੂਰ ਬਣੇਗਾ ਦੂਸਰੇ ਸੋਣਨਾ ਉਸ ਨੂੰ ਕਿਹਾ ਜਾਂਦਾ ਹੈ ਜੋ ਆਪਾਂ ਨੇ ਸੁਣ ਲਿਆ ਉਸ ਉੱਪਰ ਆਪਾਂ ਅਮਲ ਕਰ ਲਈਏ ਜੇ ਆਪਾਂ ਸੁਣੇ ਉੱਪਰ ਅਮਲ ਹੀ ਨਾ ਕੀਤਾ ਤਾਂ ਉਹ ਸੁਣਿਆ ਨਾ ਸੁਣਿਆ ਇੱਕ ਬਰਾਬਰ ਹੈ ਭਗਤ ਪਰਮਾਨੰਦ ਜੀ ਰਾਗ ਸਾਰੰਗ ਅੰਦਰ ਬੜਾ ਸੁੰਦਰ ਫਰਮਾਨ ਕਰਕੇ ਸਾਨੂੰ ਸਮਝਾਉਂਦੇ ਹਨ ਕਿ ਇਹ ਇਸ ਇਨਸਾਨ ਤੂੰ বেদ ਪੁਰਾਨ ਧਰਮ ਗ੍ਰੰਥ ਪੜ ਸੁਣ ਕੇ ਕੀ ਖਟਿਆ ਕਿਉਂਕਿ ਧਰਮ ਗ੍ਰੰਥ ਪੁਕਾਰ ਵੁਕਾਰ ਕੇ ਕਹਿ ਰਹੇ ਹਨ ਕਿ ਸਦਾ ਥਿਰ ਪਰਮਾਤਮਾ ਦੀ ਭਗਤੀ ਕਰੋ ਪਰ ਨਾ ਤਾਂ ਤੂੰ ਪਰਮਾਤਮਾ ਦੀ ਭਗਤੀ ਕਰਨ ਹੀ ਅਰੰਭ ਕੀਤੀ ਹੈ ਨਾ ਹੀ ਤੂੰ ਕਿਸੇ ਲੋੜ ਬੰਦ ਦੀ ਲੋੜ ਪੂਰੀ ਕਰਨ ਵੱਲ ਧਿਆਨ ਦਿੰਦਾ ਧਰਮ ਗ੍ਰੰਥ ਸੁਣ ਕੇ ਨਾ ਤੂੰ ਕਾਮ ਦਾ ਨਾ ਕ੍ਰੋਧ ਦਾ ਨਾ ਲੋਭ ਦਾ ਤਿਆਗੀ ਹੀ ਬਣਿਆ ਹੈ ਪਰਾਇ ਨਿੰਦਿਆ ਕਰਨ ਦੀ ਆਦਤ ਦਾ ਵੀ ਤੂੰ ਤਿਆਗ ਨਹੀਂ ਕੀਤਾ ਇਸ ਲਈ ਸੁਣਨ ਪੜਨ ਦੀ ਸਾਰੀ ਮਿਹਨਤ ਤੇਰੀ ਬਰਤੀ ਹੀ ਗਈ ਧਰਮ ਸਿੱਖਿਆ ਸੁਣ ਕੇ ਵੀ ਤੂੰ ਪਰਾਏ ਘਰਾਂ ਨੂੰ ਲੁੱਟਦਾ ਤੇ ਡਾਕੇ ਧਾੜੇ ਮਾਰ ਕੇ ਆਪਣਾ ਪੇਟ ਭਰਨ ਦੇ ਆਹਰ ਵਿੱਚ ਦਿਨ ਰਾਤ ਤਤ ਪਰੰਦਾ ਹੈ ਸਾਰੀ ਉਮਰ ਮੂਰਖਾਂ ਵਾਲੇ ਕਰਮ ਕਰ ਕਰ ਕੇ ਪਰਲੋਕ ਵਿੱਚ ਬੇਪਤੀ ਕਰਾਉਣ ਵਾਲੇ ਕਰਮ ਹੀ ਕੀ ਜਾ ਰਹੇ ਹਨ ਅਜੇ ਤੱਕ ਤੇਰੇ ਹਿਰਦੇ ਵਿੱਚ ਹਿੰਸਾ ਵਾਲੀ ਬਿਰਤੀ ਹੀ ਬਣੀ ਹੋਈ ਹੈ ਜਿਸ ਕਾਰਨ ਤੇਰੇ ਹਿਰਦੇ ਵਿੱਚ ਦਇਆ ਦਾ ਵਾਸਾ ਨਹੀਂ ਹੋਏਗਾ ਅਤੇ ਨਾ ਹੀ ਤੂੰ ਸਤ ਸੰਗਤ ਵਿੱਚ ਬੈਠ ਕੇ ਮਨ ਨੂੰ ਪਵਿੱਤਰ ਕਰਨ ਵਾਲੀ ਪ੍ਰਭੂ ਜਸ ਦੀ ਕਥਾ ਕਰਨੀ ਤੇ ਸੁਣਨੀ ਹੀ ਅਰੰਭ ਕੀਤੀ ਹੈ ਜਿਸ ਕਾਰਨ ਤੇਰਾ ਪੜਿਆ ਸੁਣਿਆ ਬੇਅਰਥ ਹੈ ਆਪ ਜੀ ਦਾ ਫਰਮਾਨ ਹੈ ਤੈ ਨਰ ਕਿਆ ਪੁਰਾਨ ਸੁਨ ਕੀਨਾ ਅਨੁਭਾਵਨੀ ਭਗਤ ਨਹੀਂ ਉਪਜੀ ਭੁਖੇ ਦਾਨ ਨ ਦਿਨਾ ਰਹਾਓ ਕਾਮ ਨਾ ਵਿਸਰਿਓ ਕ੍ਰੋਧ ਨਾ ਵਿਸਰਿਓ ਲੋਭ ਨਾ ਛੂਟਿਓ ਦੇਵਾ ਪਰ ਨਿੰਦਾ ਮੁਖ ਤੇ ਨਹੀਂ ਛੂਟੀ ਨਿਫਲ ਭਈ ਸਭ ਸੇਵਾ ਬਾਟ ਪਾਰ ਕਰ ਮੂਸ ਬਿਰਾਨੋ ਪੇਟ ਪਰੈ ਅਪਰਾਧੀ जेहे परलोक जाए अपकीरत सोई अविद्या सादी हिंसा तो मानते नहीं छूटी जी दया नहीं पाली परमानंद साध संगत मिल कथा पुनीत न चाली भगत कबीर साहिब जी ਦਾ ਸੋਠਰਾਕ ਅੰਦਰ ਫਰਮਾਨ ਭਗਤ ਪਰਮਾਨੰਦ ਜੀ ਦੇ ਸਿਧਾਂਤ ਦੀ ਪ੍ਰੋੜਤਾ ਕਰਦਾ ਹੈ ਆਪ ਫਰਮਾਨ ਕਰਦੇ ਹਨ اے ਮੂਰਖ ਗਵਾਰ ਮਨੁੱਖ ਮੇਰਾ ਵੇਦ ਪੁਰਾਨ ਆਦਿ ਗ੍ਰੰਥਾਂ ਨੂੰ ਪੜਨ ਤੇ ਸੁਣਨ ਦਾ ਕੀ ਲਾਭ ਹੈ ਜੇ ਅਡੋਲ ਅਵਸਥਾ ਦੇ مالک ਪ੍ਰਮਾਤਮਾ ਦਾ ਮਿਲਾਪ ਪ੍ਰਾਪਤ ਨਹੀਂ ਹੋਇਆ ਪਰਮਾਤਮਾ ਦਾ ਨਾਮ ਜਪ ਕੇ ਇਹ ਅਵਸਥਾ ਪ੍ਰਾਪਤ ਹੋਣੀ ਸੀ ਪਰ ਤੂੰ ਪਰਮਾਤਮਾ ਦਾ ਨਾਮ ਜਪਣ ਦੀ ਥਾਂ ਸੋਚਾਂ ਵਿਚਾਰਾਂ ਵਿੱਚ ਆਪਣਾ ਸਮਾਂ ਅਜਾਈ ਗੁਆ ਰਿਹਾ ਹੈ ਆਪ ਦਾ ਪਿਆਰਾ ਬਚਨ ਹੈ ਕਿ ਆਪ ਪੜੀਏ ਕਿ ਆਪ ਗੁਨੀਏ ਕਿ ਆਪ 베ਦ ਪੁਰਾਨਾ ਸੁਣੀਏ ਪੜੇ ਸੁਨੇ ਕੀ ਹੋਈ ਜੋ ਸਹਜ ਨਾ ਮਿਲੇ ਉਹ ਸੋਈ ਜਿਵੇਂ ਕਹਾਵਤ ਹੈ ਕਿ 100 ਸਿਆਣਿਆਂ ਇੱਕੋ মত ਸਾਰੇ ਤਤਵੇਤਿਆਂ ਦੇ ਵਿਚਾਰਾਂ ਦਾ ਅੰਤਰ ਨਹੀਂ ਹੁੰਦਾ ਭਗਤ ਰਵਿਦਾਸ ਜੀ ਵੀ ਰਾਮ ਕਲੀ ਰਾਗ ਅੰਦਰ ਫਰਮਾਨ ਕਰਦੇ ਹਨ ਪੜੀਏ ਗੁਨੀਏ ਨਾਮ ਸਭ ਸੁਣੀਏ ਅਨਪਉ ਪਾਉ ਨ ਦਰਸੈ ਲੋਹਾ ਕੰਚਨ ਹਿਰਨ ਹੋਏ ਕੈਸੇ ਜੋ ਪਾਰ ਸੇ ਨਾ ਪਰਸੈ ਦੇਵ ਸੰਸੈ ਗਾਂਠ ਨ ਛੂਟੈ ਕਾਮ ਕ੍ਰੋਧ ਮਾਇਆ ਮਦ ਮਤ ਸਰ ਇਨ ਪੰਚੋ ਮਿਲ ਲੂਟੈ ਰਹਾਉ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਕਾਲ ਦੀ ਇੱਕ ਸਾਖੀ ਬਾਤ ਲਈਏ ਜਿਨ੍ਹਾਂ ਨੇ ਧਿਆਨ ਨਾਲ ਸੁਣਿਆ ਇੱਕ ਸ਼ਬਦ ਨੇ ਹੀ ਉਹਨਾਂ ਦੇ ਜੀਵਨ ਵਿੱਚ ਕਿੰਨੀ ਵੱਡੀ ਤਬਦੀਲੀ ਲੈ ਆਂਦੀ ਗੁਰੂ ਨਾਨਕ ਦੇਵ ਜੀ ਤਲੰਬੇ ਦੀ ਧਰਤੀ ਤੇ ਗਏ ਉੱਥੇ ਸੱਜਣ ਨਾਮੀ ਪੁਰਸ਼ ਸੱਜਣ ਤਾਈ ਦੇ ਭੇਖੇਟ ਲੋਕਾਂ ਨਾਲ ਠੱਗੀ ਕਰਦਾ ਸੀ ਤੇ ਲੋਕਾਂ ਦਾ ਮਾਲ ਅਸਵਾਭ ਖੋ ਕੇ ਉਹਨਾਂ ਨੂੰ ਜਾਨੋਂ ਮਾਰ ਕੇ ਖੂਹ ਵਿੱਚ ਸੁੱਟ ਦਿੰਦਾ ਸੀ ਸਤਗੁਰੂ ਨਾਨਕ ਪਾਸ਼ਾ ਉਸ ਦਾ ਭਲਾ ਕਰਨ ਵਾਸਤੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਉਸ ਦੇ ਪਾਸ ਮਰਦਾਨੇ ਸਮੇਤ ਪੁੱਜੇ ਉਸਨੇ ਸਤਕਰਨ ਨੂੰ ਅਮੀਰ ਜਾਣ ਕੇ ਲੁੱਟਣ ਤੇ ਮਾਰਨ ਦੇ ਅਨੇਕਾਂ ਯਤਨ ਕੀਤੇ ਪਰ ਸੱਜਣ ਸਾਰੇ ਹੀਲੇ ਵਸੀਲਿਆਂ ਵਿੱਚ ਅਸਫਲ ਰਿਹਾ ਅੱਧੀ ਰਾਤ ਬੀਤ ਗਈ ਨਾ ਸੱਜਣ ਸੌਵੇ ਨਾ ਗੁਰੂ ਨਾਨਕ ਦੇਵ ਜੀ ਆਰਾਮ ਕਰਨ ਅੱਧੀ ਰਾਤ ਨੂੰ ਸਤਗੁਰੂ ਜੀ ਨੇ ਮਰਦਾਨੇ ਨੂੰ ਰਵਾਬ ਛੇੜਨ ਲਈ ਕਿਹਾ ਮਰਦਾਨੇ ਨੇ ਰਵਾਬ ਸੁਰ ਕੀਤੀ ਤੇ ਆਲਾਪ ਆਰੰਭ ਕੀਤਾ ਆਲਾਪ ਆਰੰਭ ਹੁੰਦੇ ਹੀ ਸੱਜਣ ਵੀ ਸਾਵਧਾਨ ਹੋ ਗਿਆ ਤੇ ਪੂਰੇ ਧਿਆਨ ਨਾਲ ਸੁਣਨ ਲੱਗਾ ਕਿ ਇਹ ਰਾਗੀਰ ਕੀ ਕਰਨ ਲੱਗੇ ਹਨ ਸਤਿਗੁਰੂ ਨਾਨਕ ਪਾਸ਼ਾ ਜੀ ਨੇ ਸੱਜਣ ਦੇ ਅੰਦਰ ਦੀ ਹਾਲਤ ਨੂੰ ਸ਼ਬਦ ਦੁਆਰਾ ਆਪਣੇ ਪਾਵਨ ਮੁਖਾਰਬਿੰਦ ਚੋਂ ਸੰਸਾਰ ਦੀਆਂ ਸਮਰਤਕ ਵਰਤ ਦੀਆਂ ਉਦਾਹਰਨਾਂ ਦੇ ਕੇ ਉਸ ਦੇ ਅੰਦਰ ਦੀ ਤਸਵੀਰ ਉਹਦੇ ਸਾਹਮਣੇ ਰੱਖਣੀ ਆਰੰਭ ਕੀਤੀ ਜਿਉਂ-ਜਿਉਂ ਸੱਜਣ ਧਿਆਨ ਨਾਲ ਸੁਣਦਾ ਹੈ ਉਹਦਾ ਅੰਦਰਲਾ ਕੰਬਦਾ ਜਾਂਦਾ ਹੈ ਕਿ ਇਹ ਤਾਂ ਸਾਰੀਆਂ ਮੇਰੀਆਂ ਕਰਤੂਤਾਂ ਹੀ ਮੇਰੇ ਸਾਹਮਣੇ ਰੱਖੀਆਂ ਜਾ ਰਹੀਆਂ ਹਨ ਸਹਬਾਂ ਦੇ ਉਚਾਰਨ ਕੀਤੇ ਬਚਨ ਸਨ ਉज्जਲ ਕਹਿ ਹਾ ਚਿਲਕਣਾ ਘੋਟ ਮਕਾਲੜੀ ਮਸ ਢੋਤਿਆਂ ਝੂਠ ਨਾ ਉਤਰੈ ਜੈ ਸੋ ਜੈ ਸੋ ਧੋਵਾ ਤਿਸ ਸੱਜਣ ਸੇ ਇ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ ਰਹਾਉ ਕੋਠੇ ਮੰਡਪ ਮਾੜਿਆ ਪਾਸੋ ਚਿਤਵੀ ਆਹਾ ਠੱਠੀਆਂ ਕੰਮ ਨ ਆਵਨੀ ਵਿੱਚ ਸਖਣੀਆਂ ਆਹਾ ਬਗਾ ਬਗੇ ਕਪੜੇ ਤੀਰਥ ਮੰਜ ਵਸੰਨ ਕੋਟ ਕੋਟ ਜੀ ਆ ਖਾਵਣੇ ਬਗੇ ਨ ਕਹੀ ਅੰਨ ਸਿੰਮਲ ਰੁਖ ਸਰੀਰ ਮੈਂ ਮੈ ਜਨ ਦੇਖ ਭੁਲੰਨ ਸੇ ਫਲ ਕਮ ਨ ਆਵਨੀ ਤੇ ਗੁਣ ਮੈਂ ਤਨ ਹੰਨ ਕੰਦਲੇ ਭਾਰ ਉਠਾਇਆ ਡੂਗਰ ਬਾਟ ਬਹੁਤ ਅੱਖੀ ਲੋੜੀ ਨਾ ਲਹਾ ਤੋ ਲੜ ਤੋ ਚੜ ਲੰਗਾ ਕਿਤ ਕਿਆ ਕਰੀਆਂ ਚੰਗੀਆਂ ਅਵਰ ਸਿਆਣ ਪਕਿੱਤ ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟੇ ਜਿੱਤ ਨਿਰੰਕਾਰੀ ਜੋਤ ਸਤਗੁਰੂ ਨਾਨਕ ਦੇਵ ਜੀ ਸੱਜਣ ਨੂੰ ਗੁਰਸ਼ਬਦ ਰਾਹੀਂ ਮੁਖਾਤਬ ਕਰਕੇ ਦਰਸਾ ਰਹੀ ਸੀ ਕਿ ਹੇ ਸੱਜਣਾ ਤੈਂ ਦਾ ਪਰਤਨ ਬਾਹਰੋਂ ਬੜਾ ਚਮਕਦਾ ਪਰ ਜਦੋਂ ਉਸ ਨੂੰ ਕਸਾਇਆ ਜਾਂਦਾ ਤੇ ਉਸ ਦੇ ਅੰਦਰੋਂ ਕਾਲਖ ਨਿਕਲਦੀ ਹੈ ਕਿਉਂਕਿ ਅੰਦਰੋਂ ਕਾਲਖ ਨਾਲ ਭਰਿਆ ਹੋਇਆ ਹੈ ਜੇ ਕਹੇ ਦੇ ਬਰਤਨ ਨੂੰ ਸੈਂਕੜੇ ਬਾਰ ਵੀ ਧੋਤਾ ਜਾਵੇ ਤਦ ਵੀ ਉਸ ਦੇ ਅੰਦਰ ਦੀ ਕਾਲਖ ਦੂਰ ਨਹੀਂ ਹੁੰਦੀ ਸੱਜਣਾ ਸੱਜਣਤਾ ਉਸ ਨੂੰ ਕਹੀਦਾ ਜੋ ਇਸ ਸੰਸਾਰ ਵਿੱਚ ਵੀ ਸਾਥ ਦੇਵੇ ਤੇ ਅਗਾਹ ਜਦੋਂ ਜੀਵ ਆਤਮਾ ਨੂੰ ਪ੍ਰਲੋਕ ਨੂੰ ਜਾਂਦੀ ਹੈ ਤਦ ਵੀ ਸਹਾਇਤ ਹੋਵੇ ਜਦੋਂ ਪ੍ਰਭੂ ਦੀ ਦਰਗਾਹ ਅੰਦਰ ਕਰਮਾਂ ਦਾ ਹਿਸਾਬ ਕਿਤਾਬ ਹੋਵੇ ਤਦ ਵੀ ਅੰਗ ਸੰਗ ਹੋ ਕੇ ਸਾਥ ਦੇਵੇ ਜਿਵੇਂ ਸਤਿਗੁਰੂ ਅਰਜਨ ਦੇਵ ਜੀ ਨੇ ਫਰਮਾਨ ਕੀਤਾ ਹੈ ਨਾਨਕ ਕੱਚੜਿਆ ਸਿਓ ਤੋੜ ਢੂੜ ਸੱਜਣ ਸੰਤ ਪੱਕਿਆ ਓਏ ਜੀਵਨ ਦੇ ਵਿਛੜੇ ਓਏ ਮੋਇਆ ਨਾ ਜਾਹੀ ਛੋੜ ਪਰ ਤੂੰ ਤਾਂ ਇੱਥੇ ਹੀ ਸੱਜਣ ਦਾ ਰੂਪ ਵਿਖਾ ਕੇ ਹਰੇਕ ਨਾਲ ਦੁਸ਼ਮਣੀ ਕਰਦਾ ਹੈ ਉਸ ਨੂੰ ਜਾਨੋ ਮਾਰ ਧਨ ਪਦਾਰਥ ਖੋਹ ਕੇ ਖੂਬ ਛੁੱਡ ਦਿੰਦਾ ਹੈ ਇਸ ਲਈ ਤੂੰ ਸੱਜਣ ਕਹੌਣ ਦਾ ਅਧਿਕਾਰੀ ਨਹੀਂ ਹੈ ਸੱਜਣਾ ਕੋਠੀਆਂ ਮਹਿਲਾਂ ਨੂੰ ਬਾਹਰੋਂ ਜਿੰਨੀ ਮਰਜ਼ੀ ਚਿੱਤਰਕਾਰੀ ਨਾਲ ਸੁੰਦਰ ਸਜਾਇਆ ਹੋਵੇ ਪਰ ਅੰਦਰੋਂ ਖਾਲੀ ਹੋਣ ਕਰਕੇ ਢਹਿ ਟੇਰੀ ਹੋ ਕੇ ਕਿਸੇ ਦੇ ਕੰਮ ਨਹੀਂ ਆਉਂਦੀਆਂ ਸੱਜਣਾ ਜਿਵੇਂ ਤੋਂ ਸਫੈਦ ਬਸਤਰ ਪਹਿਨ ਕੇ ਆਪਣਾ ਨੂੰ ਧਰਮੀ ਪ੍ਰਗਟ ਕਰਦਾ ਪਰ ਵੇਖ ਖੰਭ ਤਾਂ ਬਗਲਿਆਂ ਦੇ ਵੀ ਬਹੁਤ ਸਫੈਦ ਹੁੰਦੇ ਹਨ ਪੀਰਥਾਂ ਦੀਆਂ ਨਦੀਆਂ ਉੱਪਰ ਵੀ ਨਿਵਾਸ ਕਰਦੇ ਹਨ ਪਰ ਸੱਜਣਾ ਮੌਕਾ ਤਾੜ ਕੇ ਮੱਛੀਆਂ ਡੱਡੂਆਂ ਨੂੰ ਗਲੋਂ ਫੜ ਗळा ਕੁੱਟ ਕੇ ਮਾਰ ਕੇ ਖਾ ਜਾਂਦੇ ਆ ਇਸ ਲਈ ਉਹਨਾਂ ਨੂੰ ਪਵਿੱਤਰ ਨਹੀਂ ਕਿਹਾ ਜਾ ਸਕਦਾ ਸੱਜਣਾ ਦਰਖਤਾਂ ਸਿੰਮਲ ਦਾ ਵੀ ਬੜਾ ਸੋਹਣਾ ਉੱਚਾ ਲੰਬਾ ਹੁੰਦਾ ਹੈ ਸਿੰਮਲ ਦਰਖਤ ਦੇ ਫਲ ਤੇ ਫੁੱਲ ਦੇਖ ਕੇ ਤੋਤੇ ਧੋਖਾ ਖਾ ਜਾਂਦੇ ਹਨ ਪਰ ਸੱਜਣਾ ਸਿੰਮਲ ਦੇ ਫਲ ਉਹਨਾਂ ਦੇ ਕਿਸੇ ਕੰਮ ਨਹੀਂ ਆਉਂਦੇ ਉਹਨਾਂ ਵਿੱਚ ਰੂਈ ਨੁਮਾ ਅੰਦਰ ਖੂਸ ਭਰਿਆ ਹੁੰਦਾ ਤੇ ਮੈਂ ਤੇਰੇ ਪਹਿਰਾਵੇ ਬਲ ਵੇਖ ਕੇ ਲੋਕ ਧੋਖਾ ਖਾ ਕੇ ਤੇਰੇ ਜਾਲ ਵਿੱਚ ਫਸ ਜਾਂਦੇ ਹਨ ਸੱਜਣਾ ਵਿਚਾਰ ਕਰ ਕਿਸੇ ਅੰਦੇ ਮਨੁੱਖ ਨੇ ਆਪਣੇ ਸਿਰ ਉੱਪਰ ਭਾਰੀ ਪੰਡ ਚੁੱਕੀ ਹੋਵੇ ਤੇ ਉਸ ਨੇ ਤੁਰਨਾ ਵੀ ਪਹਾੜੀ ਰਸਤੇ ਉੱਪਰ ਹੋਵੇ ਰਸਤਾ ਵੀ ਬਹੁਤ ਲਮੇਰਾ ਹੋਵੇ ਤੂੰ ਹੀ ਦੱਸ ਉਸ ਦੀ ਕੀ ਹਾਲਤ ਹੋਵੇਗੀ ਅੱਖੀਂ ਦਿਸਦਾ ਨਹੀਂ ਪਾਰ ਬਹੁਤਾ ਚੁੱਕਿਆ ਹੋਇਆ ਕਿਵੇਂ ਆਪਣੀ ਮੰਜ਼ਿਲ ਉੱਪਰ ਪੁੱਜੇਗਾ ਭਾਵ ਨਹੀਂ ਪੁੱਜ ਸਕਦਾ ਸੱਜਣਾ ਤੂੰ ਵੀ ਆਪਣੇ ਅੰਦਰ ਵੱਲ ਛਾਤੀ ਮਾਰ ਕਿਤੇ ਤੇਰਾ ਵੀ ਉਸ ਅੰਦੇ ਮਨੁੱਖ ਵਾਲਾ ਹਾਲਤਾ ਨਹੀਂ ਬਣ ਰਿਹਾ ਗਿਆਨ ਬੈਰਾਗ ਦੇ ਨੇਤਰਾ ਤੋਂ ਵੀ ਹੁਣਾ ਤੂੰ ਅਗਿਆਨਤਾ ਅਧੀਨ ਬੇਨਤ ਪਾਪਾਂ ਦਾ ਬੋਝ ਚੁੱਕੀ ਜਾ ਰਿਹਾ ਹੈ ਤੇ ਸੱਜਣਾ ਦੁਨੀਆਂ ਨੇ ਖੁਸ਼ ਆਮਦ ਤੇਰੀਆਂ ਸਿਆਣਪਾਂ ਤੇ ਤਨ ਪਦਾਰਥ ਪ੍ਰਲੋਕ ਦੇ ਮਾਰਗ ਵਿੱਚ ਕਿਸੇ ਕੰਮ ਨਹੀਂ ਆਉਣਗੀਆਂ ਤੇ ਸੱਜਣਾ ਜੇ ਮਾਇਆ ਮੋਹ ਦੇ ਬੰਦਨਾਂ ਤੋਂ ਛੁਟਕਾਰਾ ਪਾ ਕੇ ਪ੍ਰਭੂ ਦਰਗਾਹ ਅਿਸਰ ਖਰੂ ਮੁਖ ਲੈ ਕੇ ਜਾਣਾ ਚਾਹੁੰਦਾ ਤਾਂ ਤੂੰ ਪਖੰਡ ਪਾਪ ਤੇ ਵਿਖਾਵਾ ਛੱਡ ਕੇ ਪਰਮਾਤਮਾ ਦਾ ਨਾਮ ਜਪ ਤੇਰਾ ਨਿਸਤਾਰਾ ਹੋ ਜਾਵੇਗਾ ਸੱਜਣ ਨੇ ਸਾਰੇ ਸ਼ਬਦ ਨੂੰ ਇਕਾਗਰ ਚਿਤ ਹੋ ਕੇ ਬਹੁਤ ਧਿਆਨ ਨਾਲ ਸੁਣਿਆ ਤੇ ਸਤਿਗੁਰੂ ਨਾਨਕ ਦੇਵ ਦੇ ਚਰਨਾਂ ਉਪਰ ਆ ਟੱਠਾ ਤੇ ਕਹਿਣ ਲੱਗਾ ਹੇ ਖੁਦਾ ਦੇ ਨੂਰ ਤੁਸੀਂ ਇਹ ਸ਼ਬਦ ਨਹੀਂ ਕਾਵਿਆ ਇਹ ਤਾਂ ਤੁਸੀਂ ਮੇਰੇ ਅੰਦਰ ਦੀ ਤਸਵੀਰ ਮੇਰੇ ਸਾਹਮਣੇ ਸਮਰੱਥਤ ਕੀਤੀ ਹੈ ਵਾਕਿਆ ਮੇਰਾ ਜਿਵੇਂ ਇਹੋ ਜਿਹਾ ਡੋਗਲੇਪਨ ਵਾਲਾ ਹੈ ਅੰਦਰੋਂ ਮੈਂ ਹੋਰ ਹਾਂ ਬਾਹਰੋਂ ਦਿਖਾਵਾ ਮੈਂ ਕੁਝ ਹੋਰ ਕਰਦਾ ਹਾਂ ਮੇਰੇ ਅੰਦਰ ਦੀ ਅਸਲੀਅਤ ਲੋਕਾਂ ਨੂੰ ਭਾਵੇਂ ਨਹੀਂ ਪਤਾ ਪਰ ਤੁਸੀਂ ਜਾਣੀ ਜਾਣੋ ਤੁਸੀਂ ਮੇਰੇ ਅੰਦਰਲੇ ਨੂੰ ਸ਼ਬਦ ਰਾਹੀਂ ਮੂਰਤੀਮਾਨ ਕਰਕੇ ਮੈਨੂੰ ਤੁਸੀਂ ਮੇਰੇ ਅੰਦਰ ਦੀ ਤਸਵੀਰ ਵਿਖਾ ਦਿੱਤੀ ਹੈ ਪਾਤਸ਼ਾ ਮੈਂ ਆਪਣੇ ਗੁਨਾਹਾਂ ਨੂੰ ਸਵੀਕਾਰ ਕਰਦਾ ਹਾਂ कृपा करके मेरा उद्धार कर देगो जी सतगुरुआ सज्जन नु ਪਿਛਲੇ ਗੁਨਾਹਾਂ ਦਾ ਪਛਤਾਪ ਕਰਨ ਲਈ ਅਤੇ ਅਗਾਂਹ ਲਈ ਅਜਿਹੇ ਗੁਨਾਹਤ ਤੋਬਾ ਕਰਨ ਲਈ ਹੁਕਮ ਕੀਤਾ ਨਾ ਹੀ ਸਤਗੁਰੂ ਜੀ ਨੇ ਹੁਕਮ ਕੀਤਾ ਸੱਜਣਾ ਜਿਨ੍ਹਾਂ ਦੇ ਨਾਂ ਪਤੇ ਯਾਦ ਹਨ ਉਹਨਾਂ ਦੇ ਦੌਰਤ ਕਿਸੇ ਹੀਲੇ ਬਸੀਲੇ ਉਹਨਾਂ ਦੇ ਘਰ ਹੀ ਪਹੁੰਚਾ ਦੇ ਜੋ ਬਚਦੀ ਮਾਇਆ ਹੈ ਉਸ ਨਾਲ ਧਰਮਸਾਲ ਬਣਾ ਤੇ ਸੱਚੀ ਮੁੱਚੀ ਆਪ ਧਰਮ ਕਮਾ ਕੇ ਲੋਕਾਈ ਨੂੰ ਸਤ ਮਾਰਗ ਦਾ ਪੰਧ ਹੀ ਬਣਾ ਉਹ ਸੱਜਣ ਜੋ ਠੱਗੀ ਤੇ ਦਗਾ ਕਰਕੇ ਲੋਕਾਂ ਨੂੰ ਮਾਰਦਾ ਸੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਇੱਕ ਸ਼ਬਦ ਸੁਣ ਕੇ ਸਹੀ ਅਰਥਾਂ ਵਿੱਚ ਸੱਜਣ ਬਣ ਕੇ ਲੋਕਾਈ ਦੇ ਨਾਲ ਸੱਜਣਤਾਈ ਕਰਨ ਲੱਗ ਪਿਆ ਤੇ ਆਤਮਿਕ ਜੀਵਨ ਦਾਮ ਦੇਣ ਦਾ ਪ੍ਰਚਾਰਕ ਬਣਿਆ ਇਸੇ ਤਰ੍ਹਾਂ ਸਤਗੁਰੂ ਨਾਨਕ ਪਾਸ਼ਾ ਜੀ ਸੰਸਾਰ ਦਾ ਕਲਿਆਣ ਕਰਦੇ ਕਰਦੇ ਟੱਕ ਪਰਗਣੇ ਪੁੱਜੇ ਸੰਤਾਂ ਨੂੰ ਸੱਚ ਧਰਮ ਦਾ ਉਪਦੇਸ਼ ਦੇ ਕੇ ਸਿੱਧੇ ਰਸਤੇ ਪਾਇਆ ਸਤਗੁਰਾਂ ਦੀ ਸੋਭਾ ਸੁਣ ਕੇ ਇਥੋਂ ਦਾ ਬਸਨੀਕ ਚੌਧਰੀ ਭੂਮੀਆ ਜੋ ਇਲਾਕੇ ਵਿੱਚ ਚੌਧਰ ਤੇ ਚੋਰੀ ਦਾ ਕੰਮ ਕਰਦਾ ਤੇ ਕਰਵਾਉਂਦਾ ਸੀ ਸਤਗੁਰਾਂ ਦੇ ਚਰਨਾਂ ਵਿੱਚ ਆ ਹਾਜ਼ਰ ਹੋਇਆ ਤੇ ਆਪਣੇ ਕਲਿਆਣ ਲਈ ਬੇਨਤੀ ਕੀਤੀ ਸਤਗੁਰੂ ਜੀ ਨੇ ਚੋਰੀ ਛੱਡਣ ਵਾਸਤੇ ਕਿਹਾ ਭੂਮੀ ਉੱਤਰ ਦਿੱਤਾ ਪਾਦਸ਼ਾ ਮੈਂ ਚੋਰੀ ਨਹੀਂ ਛੱਡ ਸਕਦਾ ਇਹ ਮੇਰਾ ਜੱਦੀ ਪੁਸ਼ਟੀ ਕੀਤਾ ਹੈ ਚੋਰੀ ਕਰਨ ਤੇ ਕਰਵਾਉਣ ਤੋਂ ਬਿਨਾ ਮੈਨੂੰ ਹੋਰ ਕੋਈ ਕੰਮ ਆਉਂਦਾ ਹੀ ਨਹੀਂ ਗੁਜ਼ਾਰਾ ਕਿਵੇਂ ਚੱਲੇਗਾ ਚੋਰੀ ਛੱਡਣ ਤੋਂ ਬਿਨਾ ਹੋਰ ਜੋ ਕੋਈ ਤੁਸੀਂ ਕਹੋਗੇ ਮੈਂ ਕਰਨ ਨੂੰ ਤਿਆਰ ਹਾਂ ਪੂਰੇ ਬੈਦ ਸਤਿਗੁਰੂ ਜੀ ਨੇ ਭੂਮੀਏ ਨੂੰ ਉੱਤਰ ਦਿੱਤਾ ਕਿ ਜੇ ਚੋਰੀ ਨਹੀਂ ਛੜ ਸਕਦਾ ਤਾਂ ਸਾਡੇ ਤਿੰਨ ਬਚਨ ਮੰਨ ਤੇਰੀ ਕਲਿਆਣ ਹੋ ਜਾਵੇਗੀ ਭੂਮੀਏ ਨੇ ਬੜੀ ਖੁਸ਼ੀ ਨਾਲ ਹਾਂ ਕੀਤੀ ਸਤਿਗੁਰਾਂ ਹੁਕਮ ਕੀਤਾ ਭੂਮੀਆ ਸਭ ਤੋਂ ਪਹਿਲਾਂ ਝੂਠ ਨਾ ਬੋਲੀ ਦੂਸਰਾ ਗਰੀਬ ਮਾਰ ਨਾ ਕਰੀ ਤੀਸਰਾ ਲੂਣ ਖਾ ਕੇ ਹਰਾਮ ਨਾ ਕਰੀ ਭੂਮੀਏ ਨੇ ਸਤ ਬਚਨ ਕਿਹਾ ਭੂਮੀਏ ਨੇ ਸਤਗੁਰਾਂ ਦੇ ਤਿੰਨ ਬਚਨ ਸੁਣ ਕੇ ਉਹਨਾਂ ਦੀ ਕਮਾਈ ਕੀਤੀ ਭੂਮੀਏ ਦਾ ਆਧਾਰ ਹੋਇਆ ਪੂਮੀ ਦਾ ਆਧਾਰ ਹੀ ਨਹੀਂ ਹੋਇਆ। ਧੂਮੀਆਂ ਭਾਈ ਧੂਮੀਆਂ ਬਣ ਕੇ ਸਿੱਖੀ ਦਾ ਪ੍ਰਚਾਰਕ ਬਣਿਆ। ਤੇ अनेकांना ਔਗਣਾ ਰਹਿਤ ਕਰਕੇ ਸੱਚੇ ਸੁੱਚੇ ਇਨਸਾਨ ਬਣਾਉਣ ਦਾ ਵਸੀਲਾ ਬਣਿਆ। ਭਾਈ ਧੂਮੇ ਦੀ ਦ੍ਰਿੜਤਾ ਤੇ ਕਰਨੀ ਵੇਖ ਕੇ ਰਾਜੇ ਨੇ ਉਸ ਨੂੰ ਆਪਣਾ ਸਲਾਹਕਾਰ ਵਜ਼ੀਰ ਥਾਪ ਦਿੱਤਾ। ਤੇ ਭਾਈ ਧੂਮੀਆਂ ਦੀ ਸੰਗਤ ਕਰਕੇ ਰਾਜਾ ਵੀ ਗੁਰੂ ਨਾਨਕ ਪਾਸ਼ਾ ਜੀ ਦਾ ਸਿੱਖ ਬਣ ਗਿਆ। ਸਿੱਖਿਆ ਸੁਣੀ ਸੱਜਣ ਨੇ। ਸਿੱਖਿਆ ਸੁਣੀ ਧੂਮੀਆਂ ਨੇ। ਸੁਣਨ ਦੀ ਬਰਕਤ ਨਾਲ ਚੋਰ ਸਾਧ ਬਣ ਗਿਆ ਠੱਗ ਸੱਜਣ ਬਣ ਗਿਆ ਸੋ ਲੋੜ ਹੈ ਸੁਣਨ ਦੀ ਸਾਡਾ ਸੁਣਨਾ ਕਿਸੇ ਹੋਰ ਤਰ੍ਹਾਂ ਦਾ ਹੈ ਅਸੀਂ ਗੁਰੂ ਦੇ ਹੁਕਮਾਂ ਨੂੰ ਪੜਦੇ ਵੀ ਹਾਂ ਸੁਣਦੇ ਵੀ ਹਾਂ ਪਰ ਕਰਦੇ ਫਿਰ ਆਪਣੀ ਮਰਜ਼ੀ ਸਾਡੇ ਉੱਪਰ ਤਾਂ ਗੁਰੂ ਰਾਮਦਾਸ ਜੀ ਦਾ ਫਰਮਾਨ ਟੁਕਦਾ ਹੈ ਕਿ ਕਹੇ ਪ੍ਰਭ ਅਬਰ ਅਬਰ ਕਿਛ ਕੀਜੈ ਸਭ ਬਾਦ ਸਿਗਾਰ ਕੋਕਟ ਕੋਕਟਈਆ ਆਪਾਂ ਰੋਜ਼ ਪੜ੍ਹਦੇ ਹਾਂ ਆਪੇ ਬੀਜ ਆਪੇ ਹੀ ਖਾਓ ਤੇ ਜੇਹਾ ਬੀਜ ਜੋ ਲੁਣੇ ਕਰਮਾ ਸੰਦੜਾ ਖੇਤ ਪਰ ਕਰਮਾ ਦਾ ਬੀਜ ਬੀਜਣ ਵੇਲੇ ਆਪਾਂ ਇਸ ਦੀ ਉਲਟ ਕਰਦੇ ਹਾਂ ਪੜਦੇ ਆ ਪਰੋਜ ਜਿਤ ਕੀਤਾ ਪਾਈਏ ਆਪਣਾ ਸਕਾਲ ਗੁਰੀ ਕਿਉਂ ਕਾਲੀ ਮੰਨ ਦਾ ਮੂਲ ਨਾ ਕੀਚੇ ਦੇ ਲੰਮੀ ਨਦਰ ਨਿਹਾਲੀਏ ਪਰ ਮਾੜਾ ਕਰਮ ਕਰਨ ਵੇਲੇ ਗੁਰੂ ਉਪਦੇਸ਼ ਭੁੱਲ ਜਾਂਦੇ ਹਾਂ ਪੜਦੇ ਸੁਣਦੇ ਆਪਾਂ ਰੋਜ ਹਾਂ ਜੱਪੋ ਤਾਂ ਇੱਕ ਨਾਮ ਅਵਰ ਨਿਰਾਫਲ ਕੰਮ ਹਰਹਾਓ ਅਵਰ ਕਾਜ ਤੇਰੇ ਕਿਤੇ ਨਾ ਕਾਂ ਮਿਲ ਸਾਧ ਸੰਗਤ ਪੜ ਕੇ ਵਲ ਨਾਮ ਪੜਦੇ ਰੋਜ ਹਾਂ ਏਕੋ ਜਪ ਏਕੋ ਸਾਲਾ ਹੈ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਆਪਾ ਪਰਚੋਲਣ ਦੀ ਲੋੜ ਹੈ ਕਿ ਆਪਾਂ ਇਹ ਕਰਮ ਕਰਦੇ ਹਾਂ ਜੇ ਨਹੀਂ ਕਰਦੇ ਫਿਰ ਸਾਡਾ ਪੜਿਆ ਸੁਣਿਆ ਕਿਸ ਅਰਥ ਆਪਾਂ ਹੋਰ ਸੰਗਤੀ ਵੀ ਤੇ ਨਿੱਜੀ ਵੀ ਪੜਦੇ ਹਾਂ ਕਿ ਸੰਗਤ ਕਾ ਗੁਣ ਬਹੁਤ ਅਦਕਾਈ ਪੜ ਸੂਆ ਗਨਕ ਉਧਾਰੇ ਅਤੇ ਬਾਬਾ ਕਬੀਰ ਜੀ ਦਾ ਫਰਮਾਨ ਹੈ ਕਬੀਰ ਇੱਕ ਘੜੀ ਆਦੀ ਕਰੀ ਆਦੀ ਹੂਤੇ ਆਦ ਭਗਤਨ ਸੇਤੀ ਗੋਸਤੇ ਜੋ ਕੀਨੇ ਸੋ ਲਾਗ ਕਿ ਆਪਾਂ ਸਤ ਸੰਗਤ ਕਰਨ ਲਈ ਸਮਾਂ ਕੱਢਦੇ ਹਾਂ ਜੇ ਸਤ ਸੰਗਤ ਕਰਨ ਲਈ ਸਮਾਂ ਕੱਢਦੇ ਹਾਂ ਬੜ ਭਾਗੀ ਬਣ ਕੇ ਲਾਹਾ ਖਟ ਰਹੇ ਹਾਂ ਜੇ ਨਹੀਂ ਕੱਢਦੇ ਫਿਰ ਸਾਡਾ ਪੜਿਆ ਸੁਣਿਆ ਕਿਸ ਕੰਮ ਪੜਦੇ ਆ ਪਰੋਜ ਹਾਂ ਕਿ ਪਰਾਇਆ ਹੱਥ ਖਾਣਾ ਵੱਡੀ ਲੈਣੀ ਮੁਸਲਮਾਨ ਲਈ ਸੂਰ ਖਾਣ ਤੇ ਹਿੰਦੂ ਲਈ ਗਊ ਖਾਣ ਦੇ ਬਰਾਬਰ ਹੈ ਕੋਈ ਬਿਰਲਾ ਭਾਗਾ ਵਾਲਾ ਇਸ ਉਦੇਸ਼ ਉਪਦੇਸ਼ ਨੂੰ ਵਰਤਾਂ ਵਿੱਚ ਲਿਆਉਣਾ ਲਿਆਉਂਦਾ ਹੋਵੇਗਾ ਸਹਿਬਾਂ ਦਾ ਹੁਕਮ ਹੈ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਮਾਤਾ ਪਰੇ ਜਾ ਮੁਰਦਾਰ ਨਾ ਖਾਏ ਪਰਦੇ ਸੁਣਦੇ ਆਪਾਂ ਹਰ ਰੋਜ਼ ਕਿ ਸਾਡੇ ਜੀਵਨ ਦਾ ਮਨੋਰਥ ਪਰਮਾਤਮਾ ਨੂੰ ਮਿਲਣਾ ਹੈ ਪਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਵਿੰਦ ਮਿਲਣ ਕੀ ਇਹ ਤੇਰੀ ਬਰੀਆ ਅਤੇ ਮੇਲ ਜਗਦੀਸ਼ ਮਿਲਨ ਕੀ ਚਰੀਆ ਵਾਈ ਗੁਰੂ ਜੀ ਮਿਲ ਜਗਦੀਸ਼ ਮਿਲਨ ਕੀ ਬਰੀਆ ਚਿਰੰਗ ਕਾਲ ਇਹ ਦੇ ਸੰਜਰੀਆ ਕੀ ਆਪਾਂ ਨੇ ਆਪਣੇ ਜੀਵਨ ਦਾ ਲਕਸ਼ ਗੋਵਿੰਦ ਮਿਲਨ ਦਾ ਬਣਾਇਆ ਸਾਰਾ ਦਿਨ ਤਾਂ ਆਪਾਂ ਮਾਇਆ ਨੂੰ ਕੱਤਰ ਕਰਨਾ ਆਪਣੇ ਜੀਵਨ ਦਾ ਮਨੋਰਥ ਬਣਾ ਰੱਖਿਆ ਹੈ ਫਿਰ ਪੜਨ ਸੁਣਨ ਦਾ ਕੀ ਲਾਭ ਭਾਵ ਅਨੇਕਾਂ ਗੁਰੂ ਸਿੱਖਿਆਵਾਂ ਮ ਆਪਾਂ ਹਰ ਰੋਜ਼ ਗੁਰਬਾਣੀ ਅੰਦਰ ਪੜਦੇ ਸੁਣਦੇ ਹਾਂ ਪਰ ਜਿਵੇਂ ਛਿੰਦੇ ਘੜੇ ਉੱਪਰ ਪਾਣੀ ਪਾਈਏ ਠੰਡਾ ਕੜਾ ਪਾਣੀ ਦਾ ਅਸਰ ਨਹੀਂ ਕਬੂਲਦਾ ਜਿਵੇਂ ਪੱਥਰ ਦੇ ਉੱਪਰ ਪਾਣੀ ਦਾ ਅਸਰ ਨਹੀਂ ਹੁੰਦਾ ਤਿਵੇਂ ਸਾਡਾ ਹਾਲ ਹੈ ਅਸੀਂ ਇੱਕ ਕੰਨ ਵਿੱਚ ਸੁਣ ਇੱਕ ਕੰਨ ਵਿੱਚ ਦੀ ਸੁਣਦੇ ਹਾਂ ਤੇ ਸੁਖੈ ਨਹੀਂ ਦੂਸਰੇ ਕੰਨ ਵਿੱਚੋਂ ਬਾਹਰ ਕੱਢ ਦਿੰਦੇ ਤਾਦੀ ਬਾਬਾ ਕਬੀਰ ਜੀ ਨੇ ਫਰਮਾਨ ਕੀਤਾ ਕਵੀਰ ਸਾਚਾ ਸਤਗੁਰ ਕਿਆ ਕਰੇ ਜੋ ਸਿੱਖਾ ਮੈਂ ਚੂਪ ਅੰਧੇ ਏਕ ਨ ਲੱਗ ਗਈ ਜਿਉਂ ਬਾਸ ਬਜਾਈਏ ਭੂਕ ਕਾਰਨ ਕੀ ਹੈ ਸਾਡੇ ਅੰਦਰ ਹੰਕਾਰ ਦੀ ਥੰਦੇ ਆਈ ਹੀ ਗੁਰੂ ਉਪਦੇਸ਼ ਨੂੰ ਸਾਡੇ ਸਿਰ ਦੇ ਵਿੱਚ ਪ੍ਰਵੇਸ਼ ਨਹੀਂ ਹੁੰਦਿੰਦੀ ਸਾਹਿਬਾਂ ਦਾ ਬਚਨ ਹੈ ਅਹਮ ਬੁੱਧ ਮਨਪੂਰ ਛਿਧਾਈ ਅਸੀਂ ਸੁਣਦੇ ਕੋਈ ਵੀ ਅਣ ਸੁਣੇ ਦੇ ਬਰਾਬਰ ਹੈ। ਹੀਟਲੇ ਜਨਿਆਵੀ ਪੱਧਰ ਦੀ ਆਪਾਂ ਵਿਚਾਰ ਕਰੀਏ ਕੋਈ ਬਾਪ ਮੰਜੇ ਉੱਪਰ ਬੈਠਾ ਆਪਣੇ ਪੁੱਤਰ ਨੂੰ ਨੂੰ ਨੂੰਵਾਵਾ ਜਾ ਮਾਰਦਾ ਕਿ ਕਾਕਾ ਮੈਨੂੰ ਪਾਣੀ ਦਾ ਗਲਾਸ ਦਿਓ ਮੈਨੂੰ ਤਰੇਹ ਲੱਗੀ ਆ ਬੀਬਾ ਮੈਨੂੰ ਪਿਆਸ ਲੱਗੀ ਹੈ ਜਲ ਸ਼ਕਾਓ ਪੁੱਤਰ ਤੇ ਨੂੰ ਸੁਣਦੇ ਵੀ ਹਨ ਪਰ ਪਿਓ ਨੂੰ ਕੋਈ ਪਾਣੀ ਦਾ ਗਲਾਸ ਦੇਣ ਨੂੰ ਤਿਆਰ ਵੀ ਨਹੀਂ ਆਪਣੇ ਕੰਮਾਂ ਵਿੱਚ ਮਸਤ ਕੰਮ ਕਰੀ ਜਾਂਦੇ ਹਨ ਅਜਿਹਾ ਸੁਣਨਾ ਕਿਸੇ ਅਰਥ ਨਹੀਂ ਜੇ ਬਜ਼ੁਰਗ ਦੇ ਪਾਣੀ ਪੀਣ ਦੀ ਆਵਾਜ਼ ਸੁਣ ਕੇ ਪੁੱਤਰ ਜਾਂ ਨੂੰ ਉਸ ਬਾਪ ਨੂੰ ਪਾਣੀ ਦਾ ਗਲਾਸ ਦੇ ਦੇਂਦੇ ਫਿਰ ਤਾਂ ਉਹਨਾਂ ਦਾ ਸੁਣਿਆ ਸਾਰਥਕ ਸੀ ਜੇ ਬਾਪੂ ਦੀ ਆਵਾਜ਼ ਸੁਣ ਕੇ ਉਸ ਦੀ ਮੰਗ ਹੀ ਪੂਰੀ ਨਾ ਕੀਤੀ ਫਿਰ ਬਾਪੂ ਦੀ ਆਵਾਜ਼ ਸੁਣੀ ਨਾ ਸੁਣੀ ਇੱਕ ਬਰਾਬਰ ਹੀ ਹੈ ਸਗੋਂ ਸੁਣ ਕੇ ਅਣ ਸੁਣੀ ਕਰ ਦੇਣਾ ਦੂਰੇ ਪਾਪ ਦੇ ਭਾਗੀ ਬਣਨ ਵਾਲੀ ਗੱਲ ਹੈ ਇਸੇ ਤਰ੍ਹਾਂ ਅਸੀਂ ਵੀ ਹਰ ਰੋਜ਼ ਗੁਰੂ ਉਪਦੇਸ਼ ਖੁਦ ਪੜ੍ਹਦੇ ਸੁਣਦੇ ਹਾਂ ਸੰਗਤ ਵਿੱਚ ਬੈਠ ਕੇ ਵੀ ਗੁਰੂ ਉਪਦੇਸ਼ਾਂ ਨੂੰ ਮੋੜ-ਮੋੜ ਸੁਣਿਆ ਤੇ ਦੁਹਰਾਇਆ ਜਾਂਦਾ ਹੈ ਪਰ ਗੁਰੂ ਉਪਦੇਸ਼ ਸਾਡੇ ਉੱਪਰਲੇ ਤਲ ਤੱਕ ਹੀ ਰਹਿ ਜਾਂਦੇ ਹਨ ਜੋ ਸਾਡੇ ਉੱਪਰਲੇ ਤਲ ਤੋਂ ਛੇਤੀ ਹੀ ਸਾਡੀ ਸਿਮਰਤੀ ਵਿੱਚ ਨਿਕਲ ਜਾਂਦੇ ਹਨ ਸਾਡੇ ਤਲਹਲ ਤੱਕ ਉਹ ਪੁੱਜਦੇ ਹੀ ਨਹੀਂ ਤਲਹਲ ਤੱਕ ਪਹੁੰਚਾਉਣ ਲਈ ਅਸੀਂ ਬਾਰੰਗ-ਬਾਰ ਗੁਰਬਾਣੀ ਦਾ ਪਾਠ ਪਠਨ ਤੇ ਵਿਚਾਰ ਕਰਨੀ ਹੈ ਜਿਹੜੀ ਗੱਲ ਸਿਮਰਤੀ ਵਿੱਚੋਂ ਨਿਕਲ ਜਾਂਦੀ ਹੋਵੇ ਉਸ ਨੂੰ ਵਾਰ-ਵਾਰ ਰਟਨ ਕਰਕੇ ਤਲਹਲ ਤੱਕ ਪਹੁੰਚਾਉਣੀ ਪੈਂਦੀ ਹੈ ਬਾਰ ਬਾਰ ਗੁਰੂ ਉਪਦੇਸ਼ ਗੁਰਬਾਣੀ ਨੂੰ ਪੜ੍ਹਦੇ ਆਂ ਸੁਣਦੇ ਆਂ ਇੱਕ ਦਿਨ ਕੋਈ ਨਾ ਕੋਈ ਗੁਰੂ ਸਿੱਖਿਆ ਸਾਡੇ ਹਿਰਦੇ ਅੰਦਰ ਬਸ ਜਾਵੇਗੀ ਅਸੀਂ ਉਸ ਗੁਰੂ ਉਪਦੇਸ਼ ਦੇ ਧਾਰਨੇ ਬਣ ਜਾਵਾਂਗੇ ਫਿਰ ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਦੀ ਦਾਤ ਪ੍ਰਾਪਤ ਹੋ ਜਾਵੇਗੀ ਉਪਰੰਤ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਦੀਆਂ ਦਾਤਾਂ ਗੁਰੂ ਚਰਨਾਂ ਵਿੱਚ ਪ੍ਰਾਪਤ ਹੋ ਜਾਣਗੀਆਂ ਬਾਬਾ ਜੀ ਨੇ ਗਰਵਾਣੀ ਬਾਰੰਗਵਾਰ ਕਿਉਂ ਪਰਦੇ ਸੰਧਾਤ ਨੂੰ ਸਪਸ਼ਟ ਕਰਨ ਵਾਸਤੇ ਇੱਕ ਸੁਧਾਰਨ ਜਟਕੀ ਜੇ ਉਦਾਹਰਣ ਦਿੱਤੀ। ਆਪ ਕਹਿਣ ਲੱਗੇ ਮੇਜਰ ਸਾਹਿਬ ਆਪਾਂ ਸਾਰਿਆਂ ਦੇ ਜੀਵਨ ਵਿੱਚ ਕਿਤੇ ਨਾ ਕਿਤੇ ਇਹ ਘਟਨਾ ਜ਼ਰੂਰ ਘਟੀ ਹੋਵੇਗੀ ਜਾਂ ਆਪਾਂ ਵੇਖੀ ਹੋਵੇਗੀ। ਪੁਰਾਣੇ ਸਮੇਂ ਪਾਣੀ ਦੀ ਵਰਤੋਂ ਦਾ ਸਾਧਨ ਖੂਹੀ ਹੁੰਦੇ ਸਨ। ਉਹਾਂ ਵਿੱਚੋਂ ਪਾਣੀ ਬਾਹਰ ਕੱਢਣ ਵਾਸਤੇ ਹਰ ਮਨੁੱਖ ਡੋਲ ਜਾਂ ਬਾਲਟੀ ਦੇ ਹੈਂਡਲ ਨੂੰ ਰੱਸੀ ਬੰਨ ਕੇ ਖੋਬੇ ਛੁੱਟ ਦਿੰਦਾ। ਜਦੋਂ ਪਾਣੀ ਨਾਲ ਡੋਲ ਜਾਂ ਬਾਲਟੀ ਭਰ ਜਾਂਦੀ ਤਾ ਇੱਕ ਜਾਂ ਦੋ ਜਣੇ ਰਲ ਕੇ ਪਾਣੀ ਨਾਲ ਬਾਰੀ-ਬਾਰ ਪਾਣੀ ਦੇ ਨਾਲ ਭਰੀ ਬਾਲਟੀ ਨੂੰ ਖੂਹ ਵਿੱਚੋਂ ਕੱਢਦੇ ਤੇ ਆਪਣੀ ਲੋੜ ਪੂਰੀ ਕਰਦੇ। ਕਈ ਵਾਰੀ ਲੱਜ ਜਿਹੜੀ ਰੱਸੀ ਹੁੰਦੀ ਸੀ ਉਹ ਮਾੜੀ ਹੋਣ ਕਾਰਨ ਲੱਜ ਟੁੱਟ ਕੇ ਡੋਲ ਖੂਹ ਵਿੱਚ ਡਿੱਗ ਜਾਂਦਾ ਤੇ ਚਿੱਕੜ ਵਿੱਚ ਫਸ ਜਾਂਦਾ। ਚਿੱਕੜ ਵਿੱਚ ਫਸੇ ਡੋਲ ਨੂੰ ਬਾਹਰ ਕੱਢਣ ਵਾਸਤੇ ਸਾਡੇ ਵੱਡਿਆਂ ਨੇ ਕੁੰਡਿਆਂ ਦੇ ਸਾਧਨ ਬਣਾਏ ਹੋਏ ਸਨ। ਉਸ ਕੁੰਡੇ ਦੀ ਪੱਤੀ ਨੂੰ ਇੱਕ ਮਜ਼ਬੂਤ ਰੱਸਾ ਬੰਨ ਕੇ ਸਿਆਣੇ ਬੰਦੇ ਉਸ ਲੋਹੇ ਦੇ ਕੁੰਡੇ ਨੂੰ ਖੂਹ ਵਿੱਚ ਛੁੜਦੇ। ਤੇ ਸਾਰੇ ਖੂਹ ਵਿੱਚ ਥਾਂ ਪੁਰ ਥਾਂ ਫੇਰਿਆ ਜਾਂਦਾ। ਕਈ ਵਾਰੀ ਮੁਰ ਦੁਬਾਰਾ ਚਿੱਕਰ ਤੱਕ ਕੁੰਡਾ ਪਹੁੰਚਾਉਣ ਲਈ ਪਾਣੀ ਜੋ ਬਾਹਰ ਕੱਢ ਕੇ ਜੋਰ ਦੀ ਸੁੱਟਿਆ ਜਾਂਦਾ। ਜੋ ਹੇਠਾਂ ਚਿੱਕਰ ਵਿੱਚ ਲਾ ਜਾਂਦਾ। ਫਿਰ ਸਿਆਣੇ ਉਸ ਕੁੰਡੇ ਨੂੰ ਸਾਰੇ ਖੂਹ ਵਿੱਚ ਬਾਰ-ਬਾਰ ਫੇਰਦੇ। ਕਈ ਵਾਰੀ ਅੱਧਾ-ਅੱਧਾ ਘੰਟਾ ਜਾਂ ਇਸ ਤੋਂ ਵੱਧ ਸਮਾਂ ਇਹ ਕਿਰਿਆ ਕਰਨੀ ਪੈਂਦੀ। ਬਾਰ-ਬਾਰ ਕੁੰਡੇ ਨੂੰ ਖੂਹ ਵਿੱਚ ਫੇਰਦਿਆਂ ਫੇਰਦਿਆਂ ਡੋਲ ਦੇ ਹੈਂਡਲ ਵਿੱਚ ਕੁੰਡੇ ਦੀ ਇੱਕ ਇੱਕ ਹੁੱਕ ਫਸ ਜਾਂਦੀ। ਜਦੋਂ ਇੱਕ ਹੁੱਕ ਜਦੋਂ ਇੱਕ ਹੁੱਕ ਵੀ ਡੋਲ ਦੇ ਹੈਂਡਲ ਫਾਸ ਜਾਵੇ ਤੇ ਖੂਹ ਦੇ ਚਿੱਕੜ ਵਿੱਚ ਫਸੇ ਡੋਲ ਨੂੰ ਉਹ ਖੂਹ ਚੋਂ ਬਾਹਰ ਕਢਣ ਦਾ ਵਸੀਲਾ ਬਣਦੀ ਹੈ ਜੇ ਇਹ ਤਰੀਕਾ ਨਾ ਬਣਾਇਆ ਜਾਵੇ ਖੂਹ ਵਿੱਚ ਡਿੱਗਿਆ ਡੋਲ ਕਦੇ ਵੀ ਖੂਹ ਚੋਂ ਬਾਹਰ ਨਹੀਂ ਨਿਕਲ ਸਕਦਾ ਤੇ ਮੇ ਆਪਾਂ ਹਰ ਰੋਜ਼ ਬਾਰੰਗ ਬਾਰ ਕਰਵਾਣੀ ਪੜਾਂਗੇ ਨਿਤਨੇਮ ਕਰਾਂਗੇ ਤੇ ਸੁਣਾਂਗੇ ਹਰ ਰੋਜ਼ ਬਾਣੀ ਪੜਦਿਆਂ ਬਾਣੀ ਸੁਣਦਿਆਂ ਗੁਰੂ ਦੀ ਬਾਣੀ ਦੀ ਕੋਈ ਇੱਕ ਸਿੱਖਿਆ ਵੀ ਸਾਡੇ ਹਿਰਦੇ ਅੰਦਰ ਘਰ ਕਰ ਗਈ ਸਾਡੀ ਆਤਮਾ ਜੋ ਪਾਣੀ ਪਾਵਤ ਤਿਨਹੇ ਕੀਆ ਤੰਕਜ ਮੋਹ ਪਗ ਨਹੀਂ ਚੱਲੇ ਦੇ ਅੰਦਰ ਫਸੀ ਹੋਈ ਐ ਗੁਰਬਾਣੀ ਦੀ ਇੱਕ ਹੀ ਸਿੱਖਿਆ ਸੁਣ ਕੇ ਮੰਨ ਕੇ ਅੰਧਕੂਪ ਮਾਇਆ ਮਨ ਗਾੜਿਆ ਕਿਉ ਕਰ ਉਤਰੋ ਪਾਰ ਸੁਆਮੀ ਦੀ ਅਵਸਥਾ ਵਿੱਚ ਗਿਰ세 ਜੀਵ ਨੂੰ ਅੰਧਕੋ ਚ ਸੰਸਾਰ ਖੂਬ ਚੋਂ ਨਿਆਤ ਦਬਾਉਣ ਦਾ ਵਸੀਲਾ ਬਣੇਗੀ ਸਤਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ ਅੰਧਕੂਪ ਤੇ ਕਾੜਿਆਨ ਲੜ ਆਪ ਫੜਾਈ ਨਾਨਕ ਬਖਸ਼ ਮਿਲਾਇਨ ਰੱਖੇ ਗੱਲ ਆਏ ਮੇਜ ਸਾਹਿਬ ਕਹਿਣ ਲੱਗੇ ਬਾਬਾ ਜੀ ਇਹ ਜਟਕੀ ਜੀ ਮਿਸਾਲ ਜੇ ਤੁਸੀਂ ਖੂਬ ਚੋ ਕੁੰਡੇ ਨਾਲ ਢੋਲ ਕੱਢਣ ਦੀ ਦਿੱਤੀ ਹੈ ਇਸ ਨੇ ਮੈਨੂੰ ਗੁਰਬਾਣੀ ਵਾਰ-ਵਾਰ ਕਿਉਂ ਪੜ੍ਹਨੀ ਹੈ ਤੇ ਨਿਤਨੇਮ ਹਾਰੂ ਜਿਉਂ ਕਿਉਂ ਕਰਨਾ ਇਸ ਦੀ ਰਮਝ ਸਮਝਾ ਦਿੱਤੀ ਹੈ ਹੁਣ ਨਿਤਨੇਮ ਤੇ ਕਰਨਾ ਹੀ ਹੈ ਨਾ ਹੀ ਸਹਿਜ ਪਾਠ ਦੇ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਆਰੰਭ ਕਰਾਂਗਾ ਤੇ ਵਿਚਾਰ ਕੇ ਪੜਾਂ ਤੇ ਸੁਣਾਗਾ ਨਿਤਨਮੀ ਸਿੱਖਿਆ ਪੜਨ ਨਾਲ ਸ਼ਾਇਦ ਗੁਰੂ ਉਪਦੇਸ਼ ਦਾ ਕਿਨਕਾ ਮਾਤਰ ਮੇਰੇ ਹਿਰਦੇ ਵਿੱਚ ਵਸ ਜਾਵੇ ਤੇ ਮੈਂ ਵੀ ਗੁਰੂ ਕਿਰਪਾ ਦਾ ਪਾਤਰ ਬਣ ਜਾਵਾਂ ਆਪਾਂ ਉੱਪਰਲੀ ਵਿਚਾਰ ਤੋਂ ਸਿੱਖਿਆ ਪ੍ਰਾਪਤ ਕਰਨ ਦੀ ਲੋੜ ਹੈ ਪੜਿਆ ਸੁਣਿਆ ਉਸ ਦਾ ਹੀ ਸਫਲਾ ਹੈ ਜੋ ਸੁਣ ਕੇ ਉਸ ਨੂੰ ਆਪਣੇ ਹਿਰਦੇ ਵਿੱਚ ਵਸਾ ਉਸ ਸਿੱਖਿਆ ਅਨੁਸਾਰ ਆਪਣਾ ਜੀਵਨ ਬਣਾ ਲੈਂਦਾ ਹੈ ਬਾਬਾ ਜੀ ਦੇ ਜੀਵਨ ਵਿੱਚ ਟਾਈਮ ਦੀ ਪਾਬੰਦੀ ਇੱਕ ਬਹੁਤ ਵੱਡੀ ਵਿਸ਼ੇਸ਼ਤਾਈ ਸੀ ਜਦੋਂ ਉਹ ਕਿਸੇ ਨੂੰ ਮਿਲਣ ਦਾ ਜਾਂ ਕਿਸੇ ਦੇ ਘਰ ਸਮਾਗਮ ਤੇ ਪੁੱਜਣ ਦਾ ਟਾਈਮ ਦੇ ਦੇਣ ਤਾਂ ਆਪ ਦਾ ਸਿਰ ਤੋੜ ਯਤਨ ਹੁੰਦਾ ਕਿ ਦਿੱਤੇ ਹੋਏ ਟਾਈਮ ਤੇ ਜਰੂਰ ਪੁੱਜ ਜਾਈਏ ਅਤੇ ਸਾਰੀ ਉਮਰ ਇਸ ਪ੍ਰਣ ਵਿੱਚ ਸਫਲ ਵੀ ਰਹੇ ਬਹੁਤ ਹੀ ਮਜਬੂਰੀ ਕਾਰਨ ਜੇ ਕਿਤੇ 10 15 ਮਿੰਟ ਲੇਟ ਹੋ ਵੀ ਜਾਣ ਤਾਂ ਜਾਂਦਿਆਂ ਹੀ ਕਰਦਿਆਂ ਜਾਂ ਜੁਮੇਵਾਰ ਸੱਜਣਾ ਨੂੰ ਮਜਬੂਰੀ ਦਾ ਕਾਰਨ ਦੱਸ ਕੇ ਖਿਮਾ ਮੰਗ ਲੈਣੀ ਜੂਨ ਜੁਲਾਈ ਦੇ ਮਹੀਨੇ ਵਿੱਚ ਜਦੋਂ ਪਹਿਲਾ ਨਾਮ ਅਭਿਆਸ ਹੁੰਦਾ ਸੀ ਉਸ ਸਮਾਗਮ ਵਿੱਚ ਹਰ ਸਾਲ ਦੀ ਤਰ੍ਹਾਂ ਪਿੰਡ ਰਸੂਲਪੁਰ ਤੋਂ ਨੰਬਰਦਾਰ ਚੰਨਣ ਸਿੰਘ ਜੀ ਵੀ ਪਰਿਵਾਰ ਸਮੇਤ ਆਏ ਸਾਰਾ ਸਮਾਗਮ ਲੰਗਰ ਦੀ ਸੇਵਾ ਕੀਤੀ ਆਖਰੀ ਦਿਨ ਜਾਣ ਲੱਗਿਆ ਨੰਬਰਦਾਰ ਹੋਰਾਂ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਜੇ ਮੈਂ ਇੱਕ ਸਹਿਜ ਪਾਠ ਕੀਤਾ ਹੋਇਆ ਉਸ ਦਾ ਅਗਲੇ ਹਫਤੇ ਭੋਗ ਪਾਉਣਾ ਹੈ ਕਿਰਪਾ ਕਰਕੇ ਤੁਸੀਂ ਵੀ ਉਸ ਦਿਨ 10:00 ਵਜੇ ਦਰਸ਼ਨ ਦੇਣਾ ਬਾਬਾ ਜੀ ਨੇ ਡਾਇਰੀ ਵਿੱਚ ਭੋਗ ਦਾ ਦਿਨ ਜੋ ਨਿਯਤ ਕੀਤਾ ਸੀ ਨੋਟ ਕਰ ਲਿਆ ਦੇਵ ਨੇਤਨਾ ਜਿਸ ਦਿਨ ਸਹਿਜ ਪਾਠ ਦੇ ਭੋਗ ਤੇ ਰਸੂਲਪੁਰ ਹਾਜ਼ਰੀ ਭਰਨ ਜਾਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ ਬਾਰਿਸ਼ ਸ਼ੁਰੂ ਹੋ ਗਈ ਬਾਰਿਸ਼ ਇੰਨੀ ਪਈ ਕਿ ਚੋਹਾ ਵਿੱਚ ਹੜ ਆ ਗਏ ਤੇ ਅਜੇ ਬਾਹਰ ਛਾਟਣ ਦੇ ਅਸਾਰ ਕੋਈ ਨਜ਼ਰ ਨਹੀਂ ਆ ਰਹੇ ਸਨ ਹਰ ਰੋਜ਼ ਦੀ ਤਰ੍ਹਾਂ ਬਾਬਾ ਜੀ ਨੇ ਸੰਗਤ ਸਮੇਤ ਸਵੇਰ ਦਾ ਨਿਤਨੇਮ ਕੀਤਾ ਤੇ ਜਲ ਪਾਣੀ ਛਕਿਆ ਤੇ ਭਾਈ ਬਲਵੰਤ ਸਿੰਘ ਨੂੰ ਕਿਹਾ ਕਿ ਤੂੰ ਸੜਕ ਉੱਪਰ ਜਾ ਤੇ ਪਤਾ ਕਰਕੇ ਆ ਕਿ ਬੱਸਾਂ ਚੱਲਦੀਆਂ ਨੇ ਕਿ ਨਹੀਂ ਬਲਵੰਤ ਸਿੰਘ ਨੇ ਆਪਣੇ ਉੱਪਰ ਬਰਸਾਤੀ ਲਈ ਤੇ ਸਾਈਕਲ ਉੱਪਰ ਸਵਾਰ ਹੋ ਕੇ ਗੋਂਦਪੁਰ ਨੂੰ ਗਿਆ ਤੇ ਜਲਦੀ ਹੀ ਮੁੜ ਵਾਪਸ ਆ ਗਿਆ ਤੇ ਬਾਬਾ ਜੀ ਨੂੰ ਆ ਕੇ ਕਹਿਣ ਲੱਗਾ ਕਿ ਬਾਬਾ ਜੀ ਅੱਜ ਬੱਸ ਤਾਂ ਕੀ ਆਉਣੀ ਹੈ ਸਗੋਂ ਰਾਤ ਦੀਆਂ ਦੋ ਬੱਸਾਂ ਚੌਕ ਕਿਨਾਰੇ ਖੜੀਆਂ ਹਨ ਸਾਰੇ ਚੌ ਵਿੱਚ ਪਾਣੀ ਬਹੁਤ ਆਇਆ ਹੋਇਆ ਹੈ ਚੋ ਵਿੱਚ ਪਾਣੀ ਘਟਣ ਦੀ ਥਾਂ ਸਗੋਂ ਵੱਧਦਾ ਹੀ ਜਾਂਦਾ ਹੈ। ਆਪ ਕਹਿਣ ਲੱਗੇ ਅੱਜ ਅਸੀਂ ਰਸੂਲਪੁਰ ਸਹਿਜ ਪੜਦੇ ਭੋਗ ਤੇ ਹਾਜ਼ਰੀ ਭਰਨ ਜਾਣਾ ਸੀ। ਸੰਗਤ ਵਿੱਚ ਦੋਨੇ ਉੱਤਰ ਦਿੱਤਾ ਬਾਬਾ ਜੀ ਮੀ ਉਧਰ ਵੀ ਪੈ ਹੀ ਰਿਹਾ ਹੈ। ਉਹ ਆਪੇ ਸਮਝ ਲੈਣਗੇ ਕਿ ਇਹੋ ਜੇ ਮੌਸਮ ਵਿੱਚ ਕਿਤੇ ਵੀ ਪੁੱਜਿਆ ਨਹੀਂ ਜਾ ਸਕਦਾ। ਬਾਬਾ ਜੀ ਕਹਿਣ ਲੱਗੇ ਕਿ ਅਸੀਂ ਤਾਂ 10 ਵਜੇ ਪੁੱਜਣ ਦਾ ਵਚਨ ਦਿੱਤਾ ਹੋਇਆ ਹੈ। ਬਾਬਾ ਜੀ ਕਹਿਣ ਲੱਗੇ ਜੇ ਬੱਸਾਂ ਨਹੀਂ ਚੱਲਦੀਆਂ ਤਾਂ ਆਪਾਂ ਪੈਦਲ ਤੁਰ ਕੇ ਚਲੇ ਜਾਂਦੇ ਹਾਂ। ਆਪਾਂ ਆਪਣਾ ਯਤਨ ਤਾਂ ਕਰ ਵੇਖੀਏ। ਜੇ ਚੋ ਦੇ ਪਾਣੀ ਨੇ ਲੰਘਾਈ ਦੇ ਦਿੱਤੀ ਤਦ ਸਹਜੇ ਸਹਜੇ 10 ਨੀ ਤੇ 11 ਵਜੇ ਜ਼ਰੂਰ ਪਹੁੰਚ ਜਾਵਾਂਗੇ ਬਾਕੀ ਸੰਗਤ ਨੂੰ ਕਿਹਾ ਕਿ ਤੁਸੀਂ ਇੱਥੇ ਹੀ ਠਹਿਰੋ ਮੈਂ ਸੇਵਾ ਸਿੰਘ ਨੂੰ ਨਾਲ ਲੈ ਜਾਂਦਾ ਮੈਂ ਬਾਬਾ ਜੀ ਦੇ ਤੇ ਆਪਣੇ ਕੱਪੜੇ ਇੱਕ ਬਰਸਾਤੀ ਨੁਮਾ ਝੋੜੇ ਵਿੱਚ ਪਾ ਲੇ ਤੇ ਝੋੜੇ ਇੱਕ ਪਰਨੇ ਵਿੱਚ ਬੰਨ ਕੇ ਝੋੜੇ ਦੀਆਂ ਤਣੀਆਂ ਨਾਲ ਬੰਨ ਕੇ ਮੋਢੇ ਦੇ ਪਿੱਛੇ ਤੇ ਅੱਗੇ ਲਟਕਾ ਲੇ بارش ਤੋਂ ਬਚਣ ਲਈ ਬਾਬਾ ਜੀ ਨੇ ਫੌਜੀਆ ਵਾਲੀ ਬਰਸਾਤੀ ਆਪਣੇ ਉੱਪਰ ਲੈ ਲਈ ਡੇਰੇ ਵਿੱਚ ਉਸ ਸਮੇਂ ਇੱਕਛਤਰੀ ਜੋ بارش ਤੋਂ ਬਚਾਉ ਲਈ ਰੱਖੀ ਹੋਈ ਸੀ ਉਸ ਨੂੰ ਤਾਨ ਕੇ ਮੈਂ ਆਪਣੇ ਹੱਥ ਵਿੱਚ ਫੜ ਲਿਆ ਸਾਢੇ 8 ਵਜੇ ਚੱਲੇ ਉਸ ਸਮੇਂ ਨਾ ਪੱਕੀਆਂ ਸੜਕਾਂ ਹੁੰਦੀਆਂ ਸਨ ਤੇ ਨਾ ਹੀ ਇੱਕ ਦੂਜੇ ਨੂੰ ਆਦੇਸ਼ ਸੰਦੇਸ਼ ਪਹੁੰਚਾਉਣ ਦਾ ਕੋਈ ਸਾਧਨ ਸੀ ਹਰ ਪਾਸੇ ਪਾਣੀ ਹੀ ਪਾਣੀ ਤੇ ਮਿੱਟੀ ਦੀ ਦਲਦਲ ਬਣੀ ਹੋਈ ਸੀ ਕੁਮਾਰ ਤੇ ਗੰਡਗਡੋਇਆਂ ਨਾਲ ਸਾਰੀ ਜ਼ਮੀਨ ਭਰੀ ਪਈ ਸੀ ਬਾਬਾ ਜੀ ਅੱਗੇ-ਅੱਗੇ ਤੇ ਮੈਂ ਪਿੱਛੇ-ਪਿੱਛੇ ਕਿਤੇ ਰਾਹ ਕਿਤੇ ਸ਼ਾਰਟਕਟ ਬੰਨੇ ਆ ਉੱਪਰ ਦੀ ਚੱਲਦੇ ਪਿੰਡ ਸਕਰਾਲੇ ਦੇ ਚੌਕ ਅੰਡੇ ਪੁੱਜ ਗਏ। ਹੜਨਾਚੋ ਲਫਾ ਮਾਰਦਾ ਸੀ। ਕੁਝ ਚਿਹਰੇ ਸੀ ਕਿਨਾਰੇ ਤੇ ਖੜੇ ਰਹੇ। ਦੂਜੇ ਪਾਸੇ ਪਿੰਡ ਦੇ ਲੋਕ ਚੋਹ ਦੇ ਕਿਨਾਰੇ بارش ਹੁੰਦੀ ਵਿੱਚ ਖਲੋਤੇ। ਬਨਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਦਾ ਆਨੰਦ ਮਾਣ ਰੇ ਸ। ਉਹਨਾਂ ਵਿੱਚੋਂ ਤਿੰਨ ਚਾਰ ਤਾਰੂ ਨੌਜਵਾਨ ਸਨ। ਜੋ ਬਗਦੇ ਚੋਹ ਦੇ ਹੜ ਵਿੱਚ ਆਪਣੀ ਤੈਰਾਕੀ ਦੇ ਲੋਕਾਂ ਨੂੰ ਜੋਹਰ ਵਿਖਾਲਦੇ ਸਨ। ਉਹ ਤਿੰਨੇ ਜਣੇ ਤਰ ਕੇ ਸਾਡੇ ਵੱਲ ਸਾਡੇ ਵਾਲੇ ਪਾਸੇ ਆ ਗਏ ਤੇ ਕਹਿਣ ਲੱਗੇ ਬਾਪੂ ਜੀ ਤੁਸੀਂ ਅਜਿਹੀ ਬਾਰਿਸ਼ ਤੇ ਹੜ੍ਹਾਂ ਵਿੱਚ ਕਿਹੜੀ ਵਿਪਤਾ ਪੁੰਚਣ ਤੁਰੇ ਹੋ ਤੇ ਤੁਸੀਂ ਕਿੱਥੇ ਜਾਣਾ ਬਾਬਾ ਜੀ ਨੇ ਉੱਤਰ ਦਿੱਤਾ ਜਵਾਨੋ ਅਸੀਂ ਰਸੂਲਪੁਰ ਪਿੰਡ ਸਹਿਜਪੜ ਦੇ ਭੋਗ ਤੇ ਪੁੱਜਣਾ ਹੈ ਬਾਰਿਸ਼ ਤੇ ਹੜ੍ਹਾਂ ਕਾਰਨ ਬੱਸਾਂ ਬੰਦ ਹਨ ਅਸੀਂ ਸੋਚਿਆ ਕਿ ਪੈਦਲ ਤੁਰ ਕੇ ਚਲੇ ਜਾਂਦੇ ਹਾਂ ਉਹਨਾਂ ਨੌਜਵਾਨ ਨੇ ਉੱਤਰ ਦਿੱਤਾ ਕਿ ਤੁਸੀਂ ਇਸ ਹੜ੍ਹ ਵਿੱਚ ਲੰਘ ਜਾਓਗੇ ਤਾਂ ਬਾਬਾ ਜੀ ਕਹਿਣ ਲੱਗੇ ਜੇ ਲੰਘ ਸਕਦੇ ਹੁੰਦੇ ਤਾਂ ਕਿਨਾਰੇ ਕਿਉਂ ਖਲੋਂਦੇ ਤੁਸੀਂ ਨੌਜਵਾਨ ਹੋਣ ਨਾਲੇ ਤਾਰੂ ਹੋ ਸਾਡੀ ਮਦਦ ਕਰੋ ਸਾਨੂੰ ਬਾਰੀ-ਬਾਰੀ ਹੜ੍ਹ ਚੋਂ ਪਾਰ ਕਰਾ ਦਿਓ ਗੁਰੂ ਤੁਹਾਨੂੰ ਹੋਰ ਬਲ ਬਖਸ਼ੇ ਉਹਨਾਂ ਨੇ ਹੌਸਲਾ ਕੀਤਾ ਇੱਕ ਨੌਜਵਾਨ ਅੱਗੇ-ਅੱਗੇ ਤੁਰ ਪਿਆ ਜੋ ਦੱਸਦਾ ਜਾਂਦਾ ਸੀ ਕਿ ਇੱਧਰ ਪਾਣੀ ਡੂੰਗਾ ਇੱਧਰ ਪਾਣੀ ਇਕੱਠ ਹੈ ਉਸ ਦੇ ਪਿੱਛੇ ਦੋ ਨੌਜਵਾਨ ਇੱਕ ਬਾਬਾ ਜੀ ਦੇ ਸੱਜੇ ਇੱਕ ਖੱਬੇ ਵਾਹ ਫੜ ਕੇ ਨਾ ਬਾਬਾ ਜੀ ਨੇ ਚੋ ਦੇ ਹੜ੍ਹ ਚੋਂ ਪਾਰ ਕਰ ਦਿੱਤਾ ਇਸੇ ਤਰ੍ਹਾਂ ਹੀ ਉਹ ਨਾ ਵਾਪਸ ਆ ਕੇ ਮੈਨੂੰ ਪਾਰਲੇ ਕੰਢੇ ਲਾ ਦਿੱਤਾ ਲੱਖ ਲੱਖ ਤੱਕ ਪਾਣੀ ਇੱਕ ਸ਼ਹਿਰੇ ਸਮੇਂ ਸਾਡੇ ਸਾਰੇ ਕੱਪੜੇ ਪਾਣੀ ਨਾਲ ਭਿੱਜ ਗਏ ਸੁਕੇ ਤਾਂ ਪਹਿਲਾਂ ਵੀ ਨਹੀਂ ਸਨ ਪਰ ਹੁਣ ਪਾਣੀ ਵਿੱਚ ਦੀ ਲੰਘਣ ਨਾਲ ਕੱਪੜੇ ਹੋਰ ਭਾਰੇ ਹੋ ਗਏ। ਬਾਬਾ ਜੀ ਨੇ ਨੌਜਵਾਨਾਂ ਧੰਵਾਦ ਕੀਤਾ ਤੇ ਅਸੀਂ ਅਗਲੇ ਸਫ਼ਰ ਲਈ ਚੱਲ ਪਏ। ਰਸਤੇ ਵਿੱਚ ਤਿੰਨ ਹੋਰ ਛੋਟੀਆਂ-ਛੋਟੀਆਂ ਚੋਈਆਂ ਆਈਆਂ ਜਿਨ੍ਹਾਂ ਨੂੰ ਪਾਰ ਕਰਕੇ ਅਸੀਂ ਤਕਰੀਬਨ 10 ਵਜੇ ਤੋਂ ਪਹਿਲਾਂ ਹੀ ਪਿੰਡ ਰਸੂਲਪੁਰ ਸਹਾ ਚੰਨ ਸਿੰਘ ਹੋਰਾਂ ਦੇ ਘਰ ਪੁੱਜ ਗਏ। ਉਹ ਨਿਸ਼ਚਿੰਤ ਹੋ ਕੇ ਮੰਝਾਂ ਉੱਪਰ ਬੈਠੇ ਪੈਂਦੇ ਮੀਂਹ ਦਾ ਆਨੰਦ ਮਾਣਦੇ ਗੱਲਾਂ ਬਾਤਾਂ ਕਰ ਰਹੇ ਸਨ। ਜਦੋਂ ਉਹਨਾਂ ਨੇ ਜਿਹੇ ਮੌਸਮ ਵਿੱਚ ਬਾਬਾ ਜੀ ਨੂੰ ਘਰ ਪੁੱਜਦੇ ਤੱਕਿਆ ਤਾਂ ਉਹ ਹੱਕੇ-ਵੱਕੇ ਰਹਿ ਗਏ ਸਾਰਿਆਂ ਨੇ ਫਤਿਹ ਦੀ ਸਾਂਝ ਕੀਤੀ ਤੇ ਬਾਬਾ ਜੀ ਨੇ ਕਿਹਾ ਨੰਬਰਦਾਰ ਜੀ ਬੱਸਾਂ ਬੰਦ ਸਨ ਅਸੀਂ ਤੁਰ ਕੇ ਪੈਦਲ ਹੀ ਆਏ ਆ ਬਾਬਾ ਜੀ ਨੇ ਪੁੱਛਿਆ ਕਿ ਕੜਾ ਪ੍ਰਸ਼ਾਦੀ ਦੀਏਕ ਬਣਾਈ ਹੈ ਜਾਂ ਸੇ ਅਜੇ ਬਣਾਉਣੀ ਹੈ ਤਾਂ ਉਹਨਾਂ ਉੱਤਰ ਦਿੱਤਾ ਬਾਬਾ ਜੀ ਮੌਸਮ ਰਾਤ ਦਾ ਹੀ ਖਰਾਬ ਸੀ ਲਗਾਤਾਰ بارش ਹੋਣ ਕਰਕੇ ਅਸੀਂ ਅੰਦਾਜ਼ਾ ਲਾ ਲਿਆ ਤੇ ਆਪ ਜੀ ਨਹੀਂ ਆਵੋਗੇ ਤੇ ਬਾਬਾ ਜੀ ਕਹਿਣ ਲੱਗੇ ਤੁਹਾਡੇ ਨਾਲ ਵਚਨ ਕੀਤਾ ਹੋਇਆ ਸੀ ਨਾ ਪੁੱਜਦੇ ਤਾਂ ਮਨ ਉੱਪਰ ਬੋਝ ਬਣਿਆ ਰਹਿਣਾ ਸੀ ਚਲੋ ਤੁਸੀਂ ਦੇਖ ਤਿਆਰ ਕਰੋ ਸਾਡੇ ਕਪੜੇ ਸਾਰੇ ਮਿੱਟੀ ਵਾਲੇ ਪਾਣੀ ਨਾਲ ਭਰੇ ਹੋਏ ਹਨ ਅਸੀਂ ਇਸ਼ਨਾਨ ਕਰ ਲੈਂਦੇ ਹਾਂ ਫਿਰ ਗੁਰੂ ਮਹਾਰਾਜ ਦੀ ਹਾਜ਼ਰੀ ਭਰਾਂਗੇ ਉਦੋਂ ਗ੍ਰੰਥੀ ਸਿੰਘ ਨੇ ਦੇਖ ਬਣਾਉਣੀ ਅਰੰਭ ਕਰ ਦਿੱਤੀ ਤੇ ਇਧਰ ਬਾਬਾ ਜੀ ਨੇ ਤੇ ਦਾਸ ਨੇ ਇਸ਼ਨਾਨ ਕਰਕੇ ਝੋੜੇ ਵਿੱਚੋਂ ਸੁੱਕੇ ਕੱਪੜੇ ਕੱਢ ਕੇ ਪਹਿਨ ਲਏ ਥੋੜਾ ਜਲ ਪਾਣੀ ਛਕਣ ਉਪਰੰਤ ਸਹਿਜ ਪਾਠ ਦਾ ਭੋਗ ਪਾ ਕੇ ਪ੍ਰਸ਼ਾਦਾ ਛਕਿਆ ਨੰਬਰਦਾਰ ਹੋਰਾਂ ਨੇ ਬਾਬਾ ਜੀ ਪਾਸੋਂ ਖੇਚੜੀ ਖੀਮਾ ਮੰਗੀ ਆਪ ਜੀ ਕਹਿਣ ਲੱਗੇ ਫਿਚੜਾ ਕਦੀ ਅਸੀਂ ਤੁਹਾਡੇ پاس ਪੁੱਜ ਗਏ ਹਾਂ ਖੇਚਾ ਤਾਂ ਤਦ ਹੋਣੀ ਸੀ ਜੇ ਦਿੱਤੇ ਬਚਨ ਅਨੁਸਾਰ ਅਸੀਂ ਤੁਹਾਡੇ پاس ਨਾ ਪੁੱਜਦੇ ਗੁਰੂ ਮਹਾਰਾਜ ਜੀ ਦਾ ਧੰਨਵਾਦ ਹੈ ਕਿ ਸਤਗੁਰਾਂ ਨੇ ਪਿੰਡ ਸਕਰਾਲੇ ਦੇ ਚੋ ਪੁੱਜੋਂ ਪਾਰ ਲੰਘਾਉਣ ਦਾ ਵਿਧ ਬਹਾਨਾ ਬਣਾ ਦਿੱਤਾ ਥੋੜਾ ਬਚਨ ਬਿਲਾਸ ਕਰਕੇ 2 ਘੰਟੇ ਆਰਾਮ ਕੀਤਾ بارش ਕੁਝ ਘਟ ਗਈ ਸੀ ਬਾਬਾ ਜੀ ਨੇ ਸ਼ਾਮ ਨੂੰ ਮੋੜ ਵਾਪਸ ਗੁਰਦੁਆਰਾ ਸਾਹਿਬ ਜਾਣ ਦੀ ਪਰਿਵਾਰ ਪਾਸੋਂ ਅਗਿਆ ਮੰਗੀ ਪਰ ਸਾਰੇ ਪਰਿਵਾਰ ਨੇ ਬੜੀ ਮੱਤ ਨਾਲ ਬੇਨਤੀ ਕੀਤੀ ਕਿ ਆਪ ਜੀ ਇੰਨਾ ਲੰਮਾ ਪਿੰਡ ਹੈ بارش ਚੱਲ ਕੇ ਆਇਓ ਰਾਤ ਸਾਡੇ ਪਾਸ ਹੀ ਠਹਿਰਨ ਦੀ ਕਿਰਪਾ ਕਰੋ ਨਾਲ ਹੀ ਅਸੀਂ ਆਪ ਦੀ ਸੰਗਤ ਦਾ ਹੋਰ ਲਾਹਾ ਲੈ ਲਵਾਂਗੇ ਸ਼ਾਇਦ ਰਾਤ ਨੂੰ ਬਾਰਿਸ਼ ਛੱਟ ਜਾਵੇ ਤਾਂ ਆਪ ਜੀ ਸਵੇਰੇ ਬੱਸੇ ਬਿਠਾ ਦੇਵਾਂਗੇ ਆਪ ਜੀ ਨੂੰ ਅਸੀਂ ਸਵੇਰੇ ਬੱਸੇ ਬਿਠਾ ਦੇਵਾਂਗੇ ਪਰਿਵਾਰ ਦੀ ਬੇਨਤੀ ਮੰਨ ਕੇ ਰਾਤ ਪਿੰਡ ਸੁਲਪੋਰੀ ਰਹੇ ਸਵੇਰੇ ਇਸ਼ਨਾਨ ਪਾਣੀ ਕਰਨਿਤ ਨੇ ਵਿੱਚ ਹਾਜ਼ਰੀ ਪਰ ਜਲ ਪਾਣੀ ਛਕ ਛਕਾ ਕੇ ਨੰਬਰਦਾਰ ਹੋਰਾਂ ਨੇ ਸਾਨੂੰ ਦੋਵਾਂ ਨੂੰ ਟਾਂਡੇ ਤੇ ਦਸੂਹੇ ਲਈ ਬੱਸੇ ਬਿਠਾ ਦਿੱਤਾ ਮੁਰਦਾ ਸੂਹੇ ਤੋਂ ਬੱਸ ਲੈ ਕੇ ਗੜ੍ਹਦੇਵਾਲ ਉਤਰ ਕੇ ਕੁਝ ਪੈਦਲ ਸਫਰ ਕਰ ਅਸੀਂ ਅਗਲੇ ਦਿਨ 12 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਪੁੱਜ ਗਏ ਆਪ ਜੀ ਨੇ ਸਾਰਾ ਜੀਵਨ ਦਿੱਤੇ ਹੋਏ ਟਾਈਮ ਦੀ ਪਵੰਦੀ ਵਿੱਚ ਰਹਿ ਕੇ ਬਤੀਤ ਕੀਤਾ ਕਦੀ ਵੀ ਕਿਸੇ ਵੀ ਪ੍ਰੇਮੀ ਨੂੰ ਇਹ ਕਹਿਣ ਦਾ ਸਮਾਂ ਨਹੀਂ ਦਿੱਤਾ ਕਿ ਤੁਸੀਂ ਲੇਟ ਹੋ ਆਪ ਜੀ ਹਮੇਸ਼ਾ ਤਾਕੀਦ ਕਰਦੇ ਕਿ ਜੇ ਕਿਸੇ ਨੂੰ 8 ਵਜੇ ਦਾ ਟਾਈਮ ਦਿੱਤਾ ਤਾਂ 8 ਦਾ ਮਤਲਬ 8 ਹੀ ਹੋਣਾ ਚਾਹੀਦਾ 8 ਦਾ ਭਾਵ 10 ਜਾਂ 9 ਨਹੀਂ ਹੋਣਾ ਚਾਹੀਦਾ ਆਪ ਜੀ ਅੰਗਰੇਜ਼ ਲੋਕਾਂ ਦੇ ਉਦਾਹਰਣ ਦਿਆ ਕਰਦੇ ਸਨ ਜਿਨ੍ਹਾਂ ਕਾਮਣੇ ਤਰੱਕੀ ਕੀਤੀ ਰਾਜ ਭਾਗ ਕੀਤਾ ਉਹਨਾਂ ਟਾਈਮ ਦੀ ਪਾਬੰਦੀ ਜ਼ਰੂਰ ਰੱਖੀ ਕਿਸੇ ਅੰਗਰੇਜ਼ ਨੇ ਤੁਹਾਨੂੰ ਮਿਲਣ ਦਾ ਜਾਂ ਤੁਹਾਡੇ ਘਰ ਆਉਣ ਦਾ ਟਾਈਮ ਦਿੱਤਾ ਹੋਵੇ ਉਹ 5 ਮਿੰਟ ਪਹਿਲਾਂ ਤੁਹਾਡੇ ਦਰਵਾਜ਼ੇ ਤੇ ਪੁੱਜ ਜਾਵੇਗਾ ਤੇ ਪੂਰੇ ਟਾਈਮ ਤੇ ਤੁਹਾਡੇ ਗੁਹੇ ਨੂੰ ਦਸਤਕ ਦੇਵੇਗਾ ਟਾਈਮ ਦੀ ਪਾਬੰਦੀ ਬਹੁਤ ਵੱਡਾ ਗੁਣ ਹੈ ਟਾਈਮ ਦੀ ਪਾਬੰਦੀ ਮਨੁੱਖ ਦੀ ਪ੍ਰਤੀਤਿ ਬਣਾਉਂਦੀ ਹੈ ਕਈ ਵਾਰੀ 1 ਮਿੰਟ ਦੀ ਅਣਗਹਿਲੀ ਤੁਹਾਡੇ ਲਈ ਵੱਡੇ ਪਛਤਾਵੇ ਦਾ ਕਾਰਨ ਬਣ ਸਕਦੀ ਹੈ ਜਿਹੜਾ ਮਨੁੱਖ ਟਾਈਮ ਦੀ ਕਦਰ ਕਰਦਾ ਹੈ ਉਹ ਆਪਣੇ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਦਾ ਹੈ ਇਸੇ ਪ੍ਰਕਾਰ ਟਾਈਮ ਦੀ ਪਵੰਦੀ ਦੇ ਖੋਰ ਘਟਨਾ ਆਪ ਜੀ ਨਾਲ ਸਾਂਝੀ ਕਰਨ ਲੱਗਾ ਸ੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੇ ਐਮਰਜੈਂਸੀ ਦੇ ਸਮੇਂ ਦੌਰਾਨ ਜਿਸ ਵੇਲੇ ਕੋਈ ਆਪਣੀ ਜਵਾਨ ਨਹੀਂ ਖੋਲ ਸਕਦਾ ਸੀ ਉਸ ਵੇਲੇ ਸਿੱਖ ਕੌਮ ਜਾਗਰਤੀ ਲਿਆਉਣ ਗੁਰਮਤ ਦਾ ਪ੍ਰਚਾਰ ਕਰਨ ਤੇ ਸ੍ਰੀ ਗੁਰਤੇਗਵਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਲੋਕਾਈ ਵਿੱਚ ਤਾਜ਼ਾ ਕਰਨ ਹਿੱਤ ਸਾਰੇ ਪੰਜਾਬ ਵਿੱਚ ਥਾਵਾ-ਥਾਵਾ ਤੇ ਸੰਤੀ ਨਗਰ ਕੀਰਤਨ ਕੱਢਣ ਦੀ ਯੋਜਨਾ ਬਣਾਈ। ਬਾਬਾ ਜੀ ਨੇ ਇਹ ਨਗਰ ਕੀਰਤਨ ਵਿੱਚੋਂ ਬਹੁਤਿਆਂ ਵਿੱਚ ਹਿੱਸਾ ਲਿਆ। ਇਸੇ ਕਰੀ ਤਹਿ 17 ਅਕਤੂਬਰ ਨੂੰ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਤੋਂ ਗੜਦੀਵਾਲਾ ਟਾਂਡਾ ਦਸੂਹਾ ਮਿਆਣੀ ਓੜਮੋੜ ਕੰਧਾਲ ਕੰਧਾਲਾ ਸਰਾਂ ਸ਼ਿਕਰੀ ਪੂੰਗਾ ਹੋ ਕੇ ਮੁਰ ਗੁਰਦੁਆਰਾ ਸਾਹਿਬ ਕੋ ਜੰਡਾ ਨਗਰ ਕੀਰਤਨ ਦਾ ਰਸਤਾ ਤੈਅ ਕੀਤਾ ਗਿਆ। 15 ਦਿਨ ਪਹਿਲਾਂ ਹੀ ਨਗਰਾਂ ਵਿੱਚ ਪ੍ਰਚਾਰ ਆਰੰਭ ਕਰ ਦਿੱਤਾ। ਤੇ ਸੰਗਤਾਂ ਨੇ ਦਰਸਾ ਦਿੱਤਾ ਕਿ ਪੂਰੇ 8 ਵਜੇ ਸਵੇਰੇ ਨਗਰ ਕੀਰਤਨ ਰਵਾਨਾ ਹੋਵੇਗਾ ਕਿਉਂਕਿ ਰਸਤਾ ਲੰਬੇਰਾ ਹੈ ਬਹੁਤ ਸਾਰੀਆਂ ਸੰਗਤਾਂ ਕਾਰਾਂ ਜੀਪਾਂ ਟਰਾਲੀਆਂ ਦੇ ਟਰੱਕਾਂ ਸਮੇਤ 16 ਅਕਤੂਬਰ ਤੱਕ ਰਾਤ ਨੂੰ ਹੀ ਪੁੱਜ ਗਈਆਂ ਬਾਬਾ ਜੀ ਦੇ ਸੰਤ ਕਰਤਾਰ ਸਿੰਘ ਜੀ ਖਾਲਸਾ ਰਾਤ ਨੂੰ 8:00 ਵਜੇ ਸਾਰੇ ਪ੍ਰਬੰਧ ਦਾ ਜਾਇਜ਼ਾ ਲੈਣਗੇ ਖਾਲਸਾ ਜੀ ਬਾਬਾ ਜੀ ਨੂੰ ਸੋਧਨ ਕਰਕੇ ਕਹਿਣ ਲੱਗੇ ਕਿ ਬਾਬਾ ਜੀ ਸੰਗਤ ਤਾਂ ਬੇਅੰਤ ਆ ਗਈ ਹੈ ਭਾਵੇਂ ਆਪਾਂ ਹੁਣੇ ਨਗਰ ਕੀਰਤਨ ਆਰੰਭ ਕਰ ਲਈਏ ਬਾਬਾ ਜੀ ਨੇ ਖਾਲਸਾ ਜੀ ਨੂੰ ਉਤਰ ਦਿੱਤਾ ਕਿ ਸੰਗਤਾਂ ਵਿੱਚ ਸਤਗੁਰਾਂ ਪ੍ਰਤੀ ਅਥਾ ਸ਼ਰਧਾ ਤੇ ਪਿਆਰ ਹੈ ਇਸ ਉਤਸ਼ਾਹ ਤੇ ਭਾਵਨੀ ਨੂੰ ਸੰਭਾਲਣ ਦੀ ਲੋੜ ਹੈ ਇਸ ਪ੍ਰਕਾਰ ਬਚਨ ਬिलास ਕਰਦੇ ਬਾਬਾ ਜੀ ਸੰਤ ਕਰਤਾਰ ਸਿੰਘ ਜੀ ਖਾਲਸਾ ਸਮੇਤ ਉਸ ਕਮਰੇ ਪਾਸ ਪਹੁੰਚ ਗਏ ਜਿੱਥੇ ਖਾਲਸਾ ਜੀ ਦੀ ਰਹਿائش ਸੀ ਬਾਬਾ ਜੀ ਸੰਤ ਕਰਤਾਰ ਸਿੰਘ ਨੂੰ ਪੁੱਛਣ ਲੱਗੇ ਕਿ ਖਾਲਸਾ ਜੀ ਨਗਰ ਕੀਰਤਨ ਤੁਰਨ ਦਾ ਠੀਕ ਟਾਈਮ ਕਿਹੜਾ ਹੈ ਸੰਤ ਕਰਤਾਰ ਸਿੰਘ ਜੀ ਖਾਲਸਾ ਜੀ ਕਹਿਣ ਲੱਗੇ ਕਿ ਆਪਾਂ ਸੰਗਤਾਂ ਨੂੰ 8 ਵਜੇ ਦਾ ਟਾਈਮ ਦਿੱਤਾ ਹੈ ਸੰਗਤਾਂ ਦੇ ਪਹੁੰਚਦੇ 9 ਵਜੇ ਜਾਣੇ ਹਨ ਆਪਾਂ 9:30 ਵੇ ਚੱਲ ਪਾਵਾਂਗੇ ਬਾਬਾ ਜੀ ਖਾਲਸਾ ਜੀ ਨੂੰ ਕਹਿਣ ਲੱਗੇ ਕਿ ਨਗਰਾਂ ਵਿੱਚ ਅਸੀਂ ਵੀ ਤੇ ਆਪ ਜੀ ਨੇ ਵੀ 8 ਵਜੇ ਨਗਰ ਕੀਰਤਨ ਦੀ ਪ੍ਰਵਾਨਗੀ ਸੰਗਤਾਂ ਨੂੰ ਦਰਸਾਈ ਹੈ ਸੰਗਤ ਨੂੰ ਜੋ ਟਾਈਮ ਦਿੱਤਾ ਉਸੇ ਦੀ ਪਾਬੰਦੀ ਰੱਖਣੀ ਚਾਹੀਦੀ ਹੈ ਜਿਹੜੀ ਸੰਗਤ ਪਿੱਛੋਂ ਆਵੇਗੀ ਉਹ ਆਪੇ ਬਾਅਦ ਵਿੱਚ ਰਲ ਜਾਵੇਗੀ ਆਖਰ ਪੂਰੇ 8 ਵਜੇ ਚੱਲਣ ਦਾ ਫੈਸਲਾ ਤੈਅ ਹੋ ਗਿਆ ਬਾਬਾ ਜੀ ਤੇ ਖਾਲਸਾ ਜੀ ਨੇ ਲੰਗਰ ਪ੍ਰਸ਼ਾਦ ਛਕਿਆ ਤੇ ਆਪੋ ਆਪਣੇ ਟਿਕਾਣੇ ਤੇ ਆਰਾਮ ਕਰਨ ਚਲੇਗੇ ਦੋਮਾ ਮਹਾਪੁਰਸ਼ਾ ਨੇ ਆਪਣੇ ਹਰ ਰੋਜ ਦੇ ਨਿਯਮ ਅਨੁਸਾਰ ਆਪਣਾ ਨਿਤਨੇਮ ਕੀਤਾ। ਬਾਬਾ ਜੀ ਨੇ 7:30 ਵਜੇ ਤੋਂ ਪਹਿਲਾਂ ਨਿਤਨੇਮ ਕਰ ਦਸਤਾਰ ਸਜਾ ਕੇ ਤਿਆਰ ਹੋ ਗਏ। 5-10 ਮਿੰਟ ਜਲ ਪਾਣੀ ਛਕਣ ਉਪਰੰਤ 8:15 ਵਜੇ ਆਪ ਜੀ ਸਿੰਘਾ ਸਮੇਤ ਖਾਲਸਾ ਜੀ ਦੇ ਕਮਰੇ ਮੂਰੇ ਜਾ ਖਲੋਤੇ। ਖਾਲਸਾ ਜੀ ਦਸਤਾਰ ਸਜਾਉਂਦੇ ਸਨ। ਸਿੰਘਾ ਨੇ ਜਦੋਂ ਖਾਲਸਾ ਜੀ ਨੂੰ ਦੱਸਿਆ ਤਾਂ ਉਹ ਦਸਤਾਰ ਸਜਾਉਂਦੇ ਦਰਵਾਜ਼ੇ ਵੱਲ ਨੂੰ ਆ ਗਏ। ਬਾਬਾ ਜੀ ਖਾਲਸਾ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਅੰਦਰ ਆ ਜਾਵੋ। ਆਪ ਜੀ ਕਹਿਣ ਲੱਗੇ ਤੁਸੀਂ ਤਸੱਲੀ ਨਾਲ ਦਸਤਾਰ ਸਜਾਵੋ। ਅਜੇ 15 ਮਿੰਟ ਸਮਾਂ ਰਹਿੰਦਾ ਹੈ ਅਸੀਂ ਗੁਰੂ ਮਹਾਰਾਜ ਦੇ ਸੁਖ ਆਸਣ ਸਥਾਨ ਤੇ ਚੱਲੇ ਹਾਂ ਤੁਸੀਂ ਉੱਥੇ ਆ ਜਾਣਾ ਇਕੱਠੇ ਅਰਦਾਸ ਕਰਕੇ ਸਤਗੁਰਾਂ ਦਾ ਸਰੂਪ ਲੈ ਚੱਲਾਂਗੇ ਖਾਲਸਾ ਜੀ ਨੇ ਕਾਲੀ-ਕਾਲੀ ਰਹਿਂਦੀ ਦਸਤਾਰ ਸਜਾਈ ਇੱਕ ਸਿੰਘ ਨੂੰ ਕਿਹਾ ਕਿ ਗਰਮ ਜਲ ਕੌਲੀ ਵਿੱਚ ਪਾ ਕੇ ਠੰਡਾ ਕਰ ਦੇਵੇ ਤਾਂ ਜੋ ਆਪਾਂ ਛੇਤੀ ਜਲ ਪਾਣੀ ਛੱਕ ਕੇ ਬਾਬਾ ਜੀ ਨਾਲ ਰਲ ਜਾਈਏ ਅਤੇ ਨਾਲ ਹੀ ਆਪ ਜੀ ਕਹਿਣ ਲੱਗੇ ਕਿ ਸਿੰਘੋ ਵੇਖੋ ਬਾਬਾ ਜੀ ਸਾਥੋਂ ਕਿੰਨੇ ਬਜ਼ੁਰਗ ਹਨ ਫਿਰ ਵੀ ਸਾਥੋਂ ਪਹਿਲਾਂ ਤਿਆਰ ਹੋ ਕੇ ਸਤਗੁਰਾਂ ਦੇ ਹਜ਼ੂਰ ਪੁੱਜ ਗਏ ਹਨ ਖਾਲਸਾ ਜੀ ਵੀ ਸਮੇਂ ਸਿਰ ਪੁੱਜ ਗਏ ਸੰਗਤਾਂ ਤਾਂ ਪਹਿਲਾਂ ਹੀ ਤਿਆਰੀ ਕਰ ਬੈਠੀਆਂ ਸਨ ਪੂਰੇ 8 ਵਜੇ ਅਰਦਾਸ ਕਰਕੇ ਸਤਗੁਰਾਂ ਦਾ ਸਰੂਪ ਪਾਲਕੀ ਸਾਹਿਬ ਜੀ ਸ਼ੋਭਤ ਕਰਨ ਲਈ ਦੋਵੇਂ ਮਹਾਪੁਰਖ ਤੇ ਸੰਗਤਾਂ ਚੱਲ ਪਈ ਨਗਰ ਕੀਰਤਨ ਦੇ ਰਬਾਨਾ ਹੋਣ ਦੀ ਅਦਾਸ ਕੀਤੀ ਤਾਂ ਸੰਤ ਕਰਤਾ ਸਿੰਘ ਜੀ ਖਾਲਸਾ ਨੇ ਬਾਬਾ ਜੀ ਨੂੰ ਕਿਹਾ ਕਿ ਬਾਬਾ ਜੀ ਇਹ ਪਹਿਲਾ ਨਗਰ ਕੀਰਤਨ ਹੈ ਜਿਸ ਵਿੱਚ ਅਸੀਂ ਸੰਗਤਾਂ ਦਿੱਤਾ ਟਾਈਮ ਅਨੁਸਾਰ ਰਬਾਨਾ ਹੋ ਰਹੇ ਨਹੀਂ ਤੇ ਬੋਧੋ ਬਧੀ ਹੈ ਘੰਟਾ ਡੇਢ ਘੰਟਾ ਜੋਰ ਲਾਉਂਦਿਆਂ ਵੀ ਦੇਰੀ ਹੋ ਜਾਂਦੀ ਹੈ ਬਾਬਾ ਜੀ ਕਹਿਣ ਲੱਗੇ ਕਿ ਆਪਾਂ ਨੂੰ ਯਤਨ ਕਰਨਾ ਚਾਹੀਦਾ ਹੈ ਕਿ ਜੋ ਸੰਗਤ ਨੂੰ ਟਾਈਮ ਦਈਏ ਉਸ ਉੱਪਰ ਪੂਰਾ ਪਹਿਰਾ ਦਈਏ ਦੋ ਚਾਰ ਵਾਰ ਤੁਸੀਂ ਟਾਈਮ ਦੀ ਪਾਬੰਦੀ ਕਰ ਲਵੋ ਸੰਗਤਾਂ ਨੂੰ ਵੀ ਪਤਾ ਲੱਗ ਜਾਣਾ ਉਸੇ ਅਨਸਾਰ ਸੰਗਤ ਵੀ ਸਮੇਂ ਦੀ ਪਾਬੰਦ ਬਣ ਜਾਂਦੀ ਹੈ ਸਮੇਂ ਨਾਲ ਨਗਰ ਕੀਰਤਨ ਦੀ ਸਮਾਪਤੀ ਹੋ ਗਈ ਆਗਾ ਜਿਸ ਜਿਸ ਨਗਰ ਕੀਰਤਨ ਵਿੱਚ ਵੀ ਬਾਬਾ ਜੀ ਸ਼ਾਮਲ ਹੋਣ ਲਈ ਸ਼ਾਮ ਨੂੰ ਪਹੁੰਚਦੇ ਖਾਲਸਾ ਜੀ ਸਾਰੇ ਸਿੰਘਾਂ ਨੂੰ ਤੇ ਸੰਗਤ ਨੂੰ ਉਚੇਚਾ ਸੁਚੇਤ ਕਰ ਦਿੰਦੇ ਕਿ ਸੰਤ ਬਾਬਾ ਹਰਨਾਮ ਸਿੰਘ ਜੀ ਆ ਗਏ ਹਨ ਪੂਰੇ ਟਾਈਮ ਨਾਲ ਨਗਰ ਕੀਰਤਨ ਰਵਾਨਾ ਹੋ ਜਾਵੇਗਾ ਕਿਸੇ ਦੀ ਵੀ ਓਡੀਕ ਨਹੀਂ ਕੀਤੀ ਜਾਵੇਗੀ ਤੇ ਨਾਲ ਆਪ ਜੀ ਬਿਲਾਸ ਨਾਲ ਬਾਬਾ ਜੀ ਨੂੰ ਕਹਿੰਦੇ ਕਿ ਜਿੱਥੇ ਤੁਹਾਡੀ ਸੰਗਤ ਕਰਕੇ ਸਿਮਰਨ ਦੀ ਘਾਟ ਪੂਰੀ ਕੀਤੀ ਹੈ ਉੱਥੇ ਤੁਹਾਡੇ ਟਾਈਮ ਉਹਦੇ ਉੱਥੇ ਤੁਹਾਡੇ ਬਸੋ ਟਾਈਮ ਦੀ ਪਵੰਦੀ ਦਾ ਗੁਣ ਵੀ ਸਿੱਖਿਆ ਹੈ ਦੋਮਾ ਮਹਾਪੁਰਖਾਂ ਦਾ ਅਤ ਦਾ ਸਨੇਹ ਸੀ ਮਹਾਪੁਰਖਾਂ ਦੇ ਜੀਵਨ ਦੀਆਂ ਘਟਨਾਵਾਂ ਪੜ੍ਹ ਸੁਣ ਕੇ ਸਾਨੂੰ ਵੀ ਸਮੇਂ ਦੀ ਪਵੰਦੀ ਦਾ ਗੁਣ ਧਾਰਨ ਕਰਨ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ ਵਾਈਗ੍ਰੇ ਸੰਗਤ ਜੀ ਇਹ ਨਿਆ ਸੇਵਾ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ